ਮੇ ਬਾਬਾ ਉਲਝੇ ਫਿਰਦੇ ਆ। ਮੇਰਾ ਮੁੰਡਾ ਲੱਗਿਆ ਆ ਭਾਈ ਇੱਥੇ ਫਾਇਰ ਚ, ਤੜਕੀ ਆਉਣਾ ਦਾ ਭਾਈ ਨਾਲੇ ਆ ਬੈਲਟ ਬੁਲਟ ਲਾ ਕੇ ਵਧੀਆ ਆ। ਬਾਗੇ ਮਿਸਤਰੀ ਆਹੋ ਕੱਢ ਲਈ ਮੋਟਰ, ਆਹੋ ਕੱਢ ਲਈ, ਪਾਣੀ ਦਾ ਘੁੱਟ ਪਿਆ। ਪਾਣੀ ਤਾਂ ਪਿਆ ਦਿੰਦੇ ਨਾ, ਪਿੱਪ ਤਾਂ ਚੰਗੇ ਭਲੇ, ਇਹਨਾਂ ਨੂੰ ਕੀ ਹੋਇਆ? ਉਹ ਜਰਜੀ ਲੱਗ ਗਈ ਦੋ ਪਾਈਪ ਤਿੰਨ ਦੇ ਥੱਲੇ, ਪਾਣੀ ਡਿੱਗੀ ਆ, ਹਵਾ ਲਈ ਜਾਂਦੀ ਆ ਥੱਲੋਂ। ਹਾਏ ਹਾਏ, ਲੈ ਪਾਣੀ ਲਿਆਉਂਦੇ ਆ। ਆਹਾ, ਮੇਰੇ ਪੁੱਤ ਦਾ ਪਾਣੀ ਉਹ ਥੱਲੇ ਵਗਿਆ ਬਾਹਲਾ ਜ਼ਿਆਦੇ। ਐਂ ਸੋਚਦਾ ਡਰਾਈਵਰੀ ਜੀ ਹੋਰ ਪਾ ਦਈਏ ਮਹਾਂ, ਹੈਂ ਪੂਰਾ ਪੱਖੇ ਦੀ ਹਵਾ ਚੱਲ ਲੈ ਲਾ। ਕੀ ਕਹਿੰਦਾ? 40 ਫੁੱਟ ਕਹਿੰਦਾ ਡਰਾਈਵਰੀ ਹੋਰ ਪਾਉਣੀ ਪਊ, ਪਾਣੀ ਦਾ ਘਟਿਆ ਪਿਆ ਮੋਟਰ ਦਾ। ਅੱਛਾ, ਓ ਜਾ ਪੱਖੇ ਥੱਲੇ ਵਗ ਜਾ, ਪੱਖੇ ਦੀ ਹਵਾ ਲੈ ਲਾ ਪੂਰਾ। ਸਨਾਮ ਜਾਵੇਗਾ? ਹੋਰ ਸਨਾਮ ਜਾਊਂਗਾ, ਇਹਨੂੰ ਕਬਾੜ 'ਚ ਵੇਚ ਕੇ ਆਊਂਗਾ ਪਹਿਲਾਂ, ਫਿਰ ਉੱਥੋਂ ਨਵੇਂ ਚੱਕ ਕੇ ਲਿਆਊਂਗਾ। ਅੱਛਾ, ਆ ਜੀਰੀ ਛੰਡੀ ਪਈ ਆ, ਚੌਲ ਕਢਵਾ ਲਿਆ ਮੈਂ। ਉਹਨੂੰ ਕਹਿੰਦੇ ਮਾੜਾ ਮੋਟਾ, ਹੈਂ ਵਿਹਲੇ ਹੀ ਫਿਰਦਾ ਉਹ, ਕੱਲ੍ਹ ਡੰਡੇ ਵੀ ਆਉਂਦਾ, ਕੱਲ੍ਹ ਕਹਿ ਕੇ ਤਾਂ ਗਿਆ ਵੀ ਜੀਰੀ ਜੀਰੀ ਕਢਾ ਲਈ। ਰਾਸ਼ਨ ਲੈ ਕੇ ਆਵੇ ਘਰ, ਜਮਾਂ ਵੀ ਰਾਸ਼ਨ ਹੈ ਨਹੀਂ, ਸਭ ਸੌਦਾ ਪੱਤਾ ਮੁੱਕਿਆ ਪਿਆ, ਨਾ ਖੰਡ ਨਾ ਚਾਹ ਪੱਤੀ ਨਾ ਸਾਬਣ ਨਾ ਸੋਡਾ। ਐਂ ਨਹੀਂ ਮੇਰੇ ਯਾਦ ਰਹਿਣਾ, ਲਿਖ ਲੁੱਖ ਕੇ ਦੇ ਦੇ ਪਰਚੀ ਪੁਰਚੀ ਲੈ ਕੇ ਦਿੰਦੇ ਹਾਂ। ਅੱਗ ਲੱਗਣੀ, ਗਰਮੀ ਬਹੁਤ ਆ, ਧੁੱਪ ਹੋ ਰਹੀ ਇੰਨੀ। ਆ ਨਹੀਂ ਅੱਜ ਇਹ ਹੋ ਰਹੀ ਹੈ ਫਿਰਦਾ ਹੈ, ਕਹਿੰਦਾ ਚੱਲਾਂ ਮੈਂ, ਹੈਂ ਚੱਲਾਂ ਕਹਿੰਦਾ ਮੈਂ, ਜਾਊਗਾ ਤਾਂ ਸਹੀ ਜਾਊ ਬਚਰੀ ਚੋਦ ਦਾ। ਮੈਨੂੰ ਐਂ ਲੱਗਦਾ ਨਹੀਂ ਕਿਤੇ ਉਂਗਲਾ ਸਰੂਪ ਦੀ ਗੱਲ ਸੱਚੀ ਹੋਵੇ ਕਿਤੇ। ਬਸ ਕਰ, ਲੋਕਾਂ 'ਤੇ ਨਹੀਂ ਬਹੁਤਾ ਯਕੀਨ ਕਰੀਦਾ ਹੁੰਦਾ, ਆ ਚੱਲਾ ਤਾਂ ਹੈ, ਅੱਗੇ ਇੱਕ ਦਿਨ ਜਾ ਕੇ ਆਇਆ। ਜਾਂਦਾ ਤਾਂ ਹੈਗਾ, ਮੇਰੇ ਸਾਲੀ ਆ ਉਹ ਦੇਖ ਲਾ, ਫਿਲਮ ਦੀ ਬਣਾ ਦਿਖਾ ਤੀ ਉਹਨੇ ਮੈਨੂੰ ਉੱਥੇ ਫੋਨ ਟੈਲੀਫੋਨ ਚੱਲਦੇ 'ਚ, ਹੈਂ ਚੁੱਪ ਕਰ, ਜੋ ਹੋ ਗਿਆ ਠੀਕ ਹੈ, ਨਹੀਂ ਜਾਂਦਾ ਹੁਣ, ਉਹਨੂੰ ਆਪਣੀ ਗਲਤੀ ਮੰਨੀ ਆ ਉਹਨੇ, ਤੂੰ ਨੀਲੋਵਾਲ ਭੋਗਤੇ ਜਾਇਆ, ਨਾਲੇ ਭੈਣ ਦੇ ਖਸਮ ਨੇ ਉਹਨੇ ਬਣੀ ਹੋਈ ਸਾਰੀ ਮੂੰਗੀ ਬਣਾਈ ਫਿਰਦਾ ਫੋਨ 'ਚ। ਹੁਣ ਕੀ ਕਰਾਂ ਮੈਂ, ਕਿਹੜੇ ਖੂਹ 'ਚ ਡਿੱਗਾਂ ਫਿਰ ਮੈਂ, ਹੁਣ ਉੱਦਣ ਉਹਨਾਂ ਦੀਆਂ ਮਿਹਨਤਾਂ ਕਰਕੇ ਆਇਆ ਇੰਨੀਆਂ। ਮੈਂ ਰਾਤ ਕਿਸੇ ਨੂੰ ਬੁਲਾ, ਇਹਨੂੰ ਪੁੱਛਾਂ ਮੈਂ ਮੇਰੇ ਸਾਲੇ, ਰਾਤ ਨਾ ਮੁੰਡਾ ਕੁਛ ਕਰ ਲੂ, ਮੁੰਡਾ ਕੁਛ ਕਰ ਲੂ, ਇਹ ਮੇਰੀ ਗੱਲ ਸੁਣ ਲੈ, ਤੂੰ ਆਪਦੇ ਮੁੰਡੇ ਦੀਆਂ ਗਲਤੀਆਂ ਲੁਕੋਈ ਜਾਂਦੇ ਆ, ਬਗਾਨੀ ਧੀ ਤਾਂ ਘਰੇ ਬੈਠੀ ਹੈ। ਕੋਈ ਨਹੀਂ, ਆ ਜਾਊਗੀ ਉਹ ਵੀ, ਆ ਜਾਊਗੀ, ਕਿੱਥੋਂ ਆ ਜਾਊਗੀ, ਉਹਦਾ ਮਨ ਨਹੀਂ ਮੰਨਦਾ ਉੱਥੇ ਰਹਿਣ ਨੂੰ, ਦੇਖ ਲਿਆ ਮੈਂ ਉੱਦਣ ਉਹਦਾ ਮਨ ਪੜ ਲਿਆ। ਮੂੰਹ ਮੂੰਹੀ ਪੁਕਾਰਦੇ ਨੇ, ਕਹਿੰਦੇ ਅਸੀਂ ਤਾਂ ਤਲਾਕ ਦਵਾਵਾਂਗੇ, ਅਸੀਂ ਨਹੀਂ ਕਹਿੰਦੇ ਉਹ ਕਰਦੇ, ਜੇ ਕਿਤੇ ਹੋਰ ਵਿਆਹ ਦੀ ਫਿਰ ਕੀ ਕਰੇਗੀ ਉਹਨੂੰ? ਲੈ ਐਵੇਂ ਵਿਆਹ ਦੋਗੇ ਹੋਰ ਕਿਤੇ, ਜਦੋਂ ਤੱਕ ਤਲਾਕ ਨਹੀਂ ਹੁੰਦਾ, ਤਲਾਕ ਨਹੀਂ ਉਹਨੇ ਦੇਣਾ ਬੱਬੂ ਨੂੰ, ਉਹ ਬੱਬੂ ਦਾ ਤੇ ਪ੍ਰੇਮ ਬਹੁਤ ਕਰਦੀ ਆ। ਹਾਂ ਉਹ ਤਾਂ ਕਰਦੀ ਆ, ਜੇ ਬਜੜੀ ਚੋਦ ਦਾ ਇਹ ਕਰੇ ਫੇਰ ਇਹ ਵੀ ਕਰ ਲਊਗਾ, ਕਿਉਂ ਤੂੰ ਔਖਾ ਫਿੱਕਾ ਹੋ ਜਾਣਾ, ਕਰ ਲਊਗਾ ਇਹ ਉਪਰੀਆਂ ਤੀਵੀਆਂ ਮਗਰ ਪੱਦ ਸੁੰਘਦਾ ਫਿਰੀ ਜਿਹਦਾ ਸਾਰਾ ਦਿਨ, ਇਹ ਕਰ ਲਊਗਾ ਇਹ ਤੇ ਪ੍ਰੇਮ ਨਾਲੇ, ਹੋਰ ਕੋਈ ਕਬੀਲਦਾਰ ਵਾਲੇ ਚੱਜ ਹੈਗੇ ਇਹਦੇ ਕੋਲ? ਸਾਰਾ ਦਿਨ ਤੂੰ ਮੈਨੂੰ ਦੱਬੀ ਜਾਂਦਾ, ਮੈਨੂੰ ਦੱਬੀ ਜਾਂਦੇ, ਕਹਿੰਦੇ ਤੂੰ ਨਾ ਕਹੀ ਇਹਨੂੰ, ਤੂੰ ਨਾ ਕੁਛ ਕਹੀ ਇਹਨੂੰ,
ਨਾ ਤੂੰ ਆਪ ਸਮਝ ਆਉਣੀ ਨਾ ਤੂੰ ਮੈਨੂੰ ਕਹਿਣ ਦਿੰਦੀ ਹੈ ਸਾਰੀਆਂ ਤੇਰੀਆਂ ਗਲਤੀਆਂ ਦਾ ਨਤੀਜਾ ਹੈ ਤੇ ਮੈਂ ਸਾਰੀਆਂ ਤੇਰੀਆਂ ਗਲਤੀਆਂ ਦਾ ਨਤੀਜਾ ਹੈ ਤੇਰੇ ਵੀ ਆਹੀ ਲੱਛਣ ਸੀ ਪਹਿਲੀਆਂ 'ਚ ਮੇਰੀ ਗੱਲ ਸੁਣ ਲਾ ਬਹੁਤਾ ਨਾ ਹੁਣ ਤੂੰ ਬੋਲ ਤੂੰ ਨਹੀਂ ਮੇਰੇ ਰਿਹਾ ਕਿ ਮੈਂ ਨਹੀਂ ਤੇਰੇ ਰਹੀ ਆਪੇ ਬਥੇਰੇ ਜਵਾਕ ਗਲਤੀਆਂ ਕਰ ਲੈਂਦੇ ਨੇ ਹੋ ਜਾਂਦਾ ਹੁੰਦਾ ਇਹੋ ਜਿਹੀਆਂ ਨਹੀਂ ਕਰੀਆਂ ਮੈਂ ਇਹੋ ਜਿਹੀਆਂ ਇਹ ਕਰਦਾ ਬਥੇਰੀਆਂ ਕਰੀਆਂ ਹੁਣ ਸੱਚ ਸੁੱਚਾ ਹੋ ਇਹ ਤਾਂ ਉਹੀ ਗੱਲ ਆ ਭੈਣ ਦਾ ਖਤਮ ਟੋਬੇ ਦਾ ਗਵਾਹ ਡੱਡੂ ਤੂੰ ਉਹਦਾ ਗਵਾਹ ਬਣ ਕੇ ਖੜ ਜਾਂਦੀ ਲੈ ਰੋਟੀ ਰੱਟੀ ਦਾ ਭੋਰਾ ਲਿਆ ਕੇ ਦੇ ਜਾਂ ਮਾਰ ਮੈਂ ਤਾਂ ਉਹੀ ਮੈਂ ਤਪੀ ਪਈ ਆ ਪਰਚੀ ਜੀ ਫੜਾ ਦੇ ਪਹਿਲਾਂ ਲਿਆ ਕੇ ਮੈਨੂੰ ਪਰਚੀ ਫੜਾਉਣੀ ਕਦੇ ਭੈਣ ਚੋਂ ਦਾ ਗਾਉਰੀ ਭੁੱਲ ਜਾਵੇਂ ਲਿਖਿਆ ਪਿਆ ਸੌਦਾ ਪੱਤਾ ਦਾ ਤੁਹਾਡੇ ਵੱਲੋਂ ਡਾਇਲ ਕੀਤਾ ਨੰਬਰ ਹਲੇ ਵਿਅਸਤ ਹੈ ਕਿਰਪਾ ਥੋੜੀ ਦੇਰ ਬਾਅਦ ਕੋਸ਼ਿਸ਼ ਕਰੋ ਮੈਨੂੰ ਪਤਾ ਕਿੱਥੇ ਵਿਅਸਤ ਹੈ ਤੁਹਾਡੇ ਵੱਲੋਂ ਡਾਇਲ ਕੀਤਾ ਨੰਬਰ ਹਲੇ ਵਿਅਸਤ ਹੈ ਸੌਦਾ ਪੱਤਾ ਲਿਖਤਾ ਸਾਰਾ ਹਾਲਾ ਫੜ ਸੌਦਾ ਪੱਤਾ ਲਿਖਤਾ ਸਾਰਾ ਲੈ ਰੋਟੀ ਪਾ ਕੇ ਲਿਆ ਸਾਰਾ ਸਾਹ ਤਾਂ ਲੈਣ ਦੇ ਦਿਆ ਕਰ ਰੇਲ ਬਣਾਈ ਰੱਖਦਾ ਰੋਟੀ ਪਾ ਦਾਲ ਦੂਲ ਕਦੀ ਬਣਾਈ ਨਹੀਂ ਰੋਟੀ ਤਾਂ ਬਣੀ ਪਈ ਆ ਚਟਣੀ ਕੁੱਟਣੀ ਆ ਚਿੱਬੜਾਂ ਦੀ ਹਜੇ ਚਟਣੀ ਕੁੱਟੀ ਨਹੀਂ ਹੈਗੀ ਹਜੇ ਕਿੱਥੋਂ ਮੇਰਾ ਟਾਈਮ ਲੱਗਾ ਕੱਲੀ ਕੰਮ ਨੂੰ ਸਾਰੇ ਨੂੰ ਲੱਗੀ ਹੋਈ ਆ ਸਵੇਰ ਦੀ ਦੇਖਾ ਸਮਝ 10 ਵਜੇ ਆ ਦਿੰਦੇ ਆ ਰੋਟੀ ਨੂੰ ਇੱਥੇ ਫਿਰ ਇਹ ਨੇ ਡਰਕ ਡਰਕ ਕਰਦੀ ਮਗਰ ਮਗਰ ਚੱਲ ਬਹਿ ਜਾ ਹੁਣ ਮੈਂ ਲਿਆਉਣੀ ਆ ਗੰਡੇ ਨਾ ਤੇ ਚਾਰ ਨਾ ਖਾ ਜਾ ਰਹਿਣ ਦੇ ਤੂੰ ਚਟਣੀ ਕੁੱਟ ਲੈ ਮੈਨੇ ਭੱਜ ਕੇ ਮੋਟਰ ਵਾਲੇ ਦੇਖਾ ਉਹਨੂੰ ਪੁੱਛਾਂ ਮੋਟਰ ਮੱਛੀ ਹੈ ਕਿ ਨਾ ਕੀ ਬਣੇ ਅੱਛਾ ਚੱਲ ਮੈਂ ਕੁੱਟ ਲਈ ਮਾਂ ਚਟਣੀ ਕੁੱਤਾ ਮੈਂ ਪਹਿਲਾਂ ਮੈਨੂੰ ਐਂ ਦੱਸ ਮੈਂ ਪਰਸੋਂ ਦਾ ਫੋਨ ਲਾਈ ਜਾਂਦਾ ਤੈਨੂੰ ਤੈਨੂੰ ਮੈਂ ਕਿਹਾ ਵੀ ਮੈਨੂੰ ਫੋਨ ਲਗਾ ਕਿਉਂ ਕਰਦਾ ਫਿਰ ਫੋਨ ਮੈਨੂੰ ਤੂੰ ਕਿਹਨੂੰ ਫੁੱਦੂ ਬਣਾਉਣੀ ਆ ਪਹਿਲਾਂ ਮੈਨੂੰ ਐਂ ਦੱਸ ਤੂੰ ਕੱਲ ਕਿੱਥੇ ਸੀ ਨਾ ਤੂੰ ਕੌਣ ਹੁੰਦਾ ਮੈਨੂੰ ਪੁੱਛਣ ਵਾਲਾ ਵੀ ਮੈਂ ਕੱਲ ਕਿੱਥੇ ਸੀ ਓ ਯਾਰ ਤੂੰ ਮੇਰੀ ਸਿੱਧੀ ਹੋ ਕੇ ਗੱਲ ਸੁਣ ਲੈ ਯਾਰ ਐਂ ਗੱਲ ਨਹੀਂ ਬਣਨੀ ਠੀਕ ਆ ਕਿਹੜੀ ਗੱਲ ਨਹੀਂ ਬਣਨੀ ਕੀ ਬੋਲੀ ਜਾਣਾ ਤੂੰ ਚੁੱਪ ਕਰਕੇ ਮੈਨੂੰ ਐਂ ਦੱਸ ਦੇ ਕਿੱਥੇ ਆ ਤੂੰ ਮੈਂ ਪਰਸੋਂ ਦਾ ਫੋਨ ਲਾਈ ਜਾਂਦਾ ਤੂੰ ਮੇਰਾ ਫੋਨ ਚੱਕਿਆ ਪਹਿਲਾਂ ਮੈਨੂੰ ਐਂ ਦੱਸ ਇੱਕ ਵਾਰੀ ਤਾਂ ਚੱਕ ਕੇ ਕਹਦੇ ਬੰਦੇ ਨੂੰ ਨਾ ਮੈਂ ਤੇਰਾ ਫੋਨ ਚੱਕ ਕੇ ਕਿਉਂ ਦੱਸਾਂ ਤੈਨੂੰ ਵੀ ਕਿਉਂ ਮੈਨੂੰ ਤੂੰ ਦੁਖੀ ਕੀਤਾ ਹੋਇਆ ਕੀ ਵਿਗਾੜਿਆ ਮੈਂ ਤੇਰਾ ਦੱਸ ਮੈਂ ਵਿਗਾੜਤਾ ਤੇਰਾ ਹੋਰ ਕਿਹਨੇ ਵਿਗਾੜਿਆ ਤੂੰ ਆਪਣਾ ਰਿਸ਼ਤਾ ਸੀ ਨਾ ਖਤਮ ਪਹਿਲਾਂ ਆਪਾਂ ਫਰੈਂਡਸ ਵਧੀਆ ਸੀਗੇ ਆਪਾਂ ਹੁਣ ਕੁਝ ਵੀ ਨਹੀਂ ਹੈਗੇ ਓ ਯਾਰ ਤੂੰ ਮੈਨੂੰ ਬਾਰ-ਬਾਰ ਫੋਨ ਲਾ ਕੇ ਤੰਗ ਨਾ ਕਰ ਤੂੰ ਮੇਰੀ ਗੱਲ ਸੁਣ ਲੈ ਚੁੱਪ ਕਰਕੇ ਮੈਨੂੰ ਐਂ ਦੱਸ ਦੇ ਤੂੰ ਕਿੱਥੇ ਆ ਨਹੀਂ ਮੈਂ ਤੇਰੇ ਘਰੇ ਆਉਂ ਤੂੰ ਮੈਨੂੰ ਐਂ ਦੱਸ ਕਿੱਥੇ ਆ ਪਹਿਲਾਂ ਮੈਨੂੰ ਦੱਸ ਕਿੱਥੇ ਆ ਤੂੰ ਮੈਂ ਨਹੀਂ ਦੱਸਣਾ ਮੈਂ ਜਿੱਥੇ ਮਰਜ਼ੀ ਹੋਵਾਂ ਪਤਾ ਤਾਂ ਮੈਂ ਮਿੰਟ 'ਚ ਕਰ ਲੂੰ ਤੂੰ ਚੁੱਪ ਕਰਕੇ ਦੱਸ ਦੇ ਮੈਨੂੰ ਕਿੱਥੇ ਸਿਮਰਨਾ ਨਾ ਤੂੰ ਪਤਾ ਕਰ ਹੀ ਲੈ ਫਿਰ ਮੇਰਾ ਬੀਪੀ ਵਧਿਆ ਪਿਆ ਭੈਣ ਚੋਂ ਤੂੰ ਪਰਸੋਂ ਦਾ ਫੋਨ ਨਹੀਂ ਚੱਕਿਆ ਯਾਰ ਹੈਲੋ ਤੈਨੂੰ ਕਿਹਾ ਨਾ ਆਪਣਾ ਕੰਮ ਕਰ
ਯਾਰ ਤੂੰ ਚੁੱਪ ਕਰਕੇ ਪਹਿਲਾਂ ਮੈਨੂੰ ਐਂ ਦੱਸ ਦੇ ਤੂੰ ਕਿੱਥੇ ਆ, ਮੈਂ ਮਿਲਣਾ ਤੈਨੂੰ ਇੱਕ ਵਾਰ, ਠੀਕ ਆ? ਉਦੋਂ ਬਾਅਦ ਆਪਦਾ ਕੁਛ ਮਰਜ਼ੀ ਕਹਿ ਦੀ ਮੈਨੂੰ। ਸੁਨਾਮ ਸੀ ਮੈਂ ਕਲਾਸ ਹੀ ਉੱਥੇ ਹੀ ਆਉਣਾ ਤੇਰੀ ਕਲਾਸ ਲਵੇ, ਸੁਨਾਮ ਹੀ ਆਉਣਾ ਮੈਂ। ਕੋਈ ਨਾ, ਮੈਂ ਸਾਹਮਣੇ ਆ ਕੇ ਗੱਲ ਕਰੂੰਗਾ, ਤੂੰ ਇੱਥੇ ਰਹੀ, ਕਲਾਸ ਲਵੀ ਰਹੀ, ਇੱਥੇ ਹੀ ਆਉਣਾ ਮੈਂ। ਕੋਈ ਨਾ ਯਾਰ, ਇੱਕ ਵਾਰੀ ਗੱਲ ਤਾਂ ਕਰ ਲਾ ਤੇਰੇ ਨਾਲ, ਛੱਡ ਦੂੰ ਖੇੜਾ। ਕੋਈ ਨਾ, ਮੈਂ ਇੱਕ ਵਾਰੀ ਮਿਲਣਾ ਤੈਨੂੰ ਬਸ, ਤੂੰ ਕਲਾਸ ਲਾ ਵੀ ਰੁਕੀ, ਮੈਂ ਉਰੀ ਆ ਗਿਆ, ਸੁਨਾਮ ਹੀ ਆ ਗਿਆ ਮੈਂ, ਠੀਕ ਹੈ? ਫੋਨ ਚੱਕ ਲਈ ਮੇਰਾ ਬਸ। ਕੱਟਦਾ ਹੁਣ, ਰੁਮਾਲ ਲੈ ਗਿਆ ਬੀਬੀ। ਹੋ ਸਿਆਪਾ ਖੜਾ ਹੋਇਆ, ਰੁਮਾਲ ਆ, ਰੁਮਾਲ ਤਾਂ ਲਿਆ ਦਿੰਦੀ। ਪੁੱਤ ਕਿਹਦਾ ਫੋਨ ਸੀ, ਉੱਚੀ ਉੱਚੀ ਬੋਲਦਾ ਸੀ ਤੂੰ, ਕਿਹਦੇ ਨਾਲ ਲੜਦਾ ਸੀ? ਹੈਗਾ ਦੀ ਕਿਸੇ ਦਾ, ਬਸ ਬੜਾ ਦਿਮਾਗ ਨਾ ਹੋ ਮੇਰਾ। ਕਿਹਦਾ ਸੀ, ਪਤਾ ਤਾਂ ਲੱਗੇ? ਉਹ ਨੌਕਰੀ ਆਇਆਂ ਦਾ ਸੀ, ਉਹ ਜਿਹੜੇ ਕੱਚੇ ਮੁਲਾਜ਼ਮ ਨੂੰ ਧਰਨਾ ਲਾਈ ਬੈਠੇ ਨੇ, ਮੈਨੂੰ ਕਹਿੰਦੇ ਤੂੰ ਵੀ ਵਿੱਚ ਬੈਠ, ਮਹਾਂ ਦਾ ਪੱਕਾ ਬਈ ਆਪਾਂ ਤੂੰ ਨਹੀਂ ਬੈਠਿਆ ਜਾਂਦਾ। ਪੁੱਤ ਤੂੰ ਨਾ ਕਿਤੇ ਕੱਚਿਆਂ 'ਚ ਬਹਿ ਜਾਈਂ, ਹੈਂ, ਐਵੇਂ ਕਿਸੇ ਅਫਸਰ ਦੀ ਨਿਗਾਹ 'ਚ ਆ ਜਾਏਗਾ। ਤੇਰੀ ਨਿਰਾਲੇ ਬਾਬੇ ਨੇ ਸੋਹਣੀ ਸੁਣ ਲਈ, ਤੇਰੀ ਪੱਕੀ ਨੌਕਰੀ ਲੱਗੀ ਹੋਈ ਹੈ, ਠੀਕ ਹੈ? ਚੰਗਾ ਨਹੀਂ ਲੱਗ ਪੈਂਦਾ ਉੱਥੇ, ਤੂੰ ਮੈਨੂੰ ਐਂ ਕਰ 500 ਰੁਪਇਆ ਦੇ ਦੇ, ਨਾਲੇ ਰੁਮਾਲ ਲਿਆ ਦੇ। ਪੁੱਤ 500 ਤੂੰ ਆਪਣੇ ਬਾਪ ਤੋਂ ਲੈ ਲੈਂਦਾ, ਮੇਰੇ ਕੋਲ ਉਹੀ 500 ਆ। ਉਹ ਲਿਆ ਦੇ, ਮੇਰੀ ਤਨਖਾਹ 'ਚੋਂ ਕੱਟ ਲਿਓ, ਜਿੱਦੇ ਆ ਗਈ ਦੇ ਦੂੰ, 500-1000 ਦੇ ਦੂੰ। ਕਿ ਲੱਗ ਜਾਂਦੇ ਨੇ ਕੱਚੇ ਮੁਲਾਜ਼ਮ, ਪੱਕੇ ਮੁਲਾਜ਼ਮ, ਪਤਾ ਨਹੀਂ ਨੌਕਰੀ ਦਾ ਕੀ ਸਿਰ 'ਚ ਮਾਰਨੀ ਹੈ, ਝਾੜੀਆਂ ਨਾਲ ਲੱਗਦੀਆਂ ਨੌਕਰੀਆਂ, ਅਸੀਂ ਆਪੇ ਹੋਰ ਖੜ੍ਹੇ ਹੋ ਰਹੇ ਨੇ। ਆਲ ਫੜ ਲਿਆ, ਸੀਤੀ ਕਰ, ਮੈਂ ਜਾਣਾ। ਆਲ ਰੁਮਾਲ, ਆਲ 500 ਰੁਪਈਆ, ਆ 20 ਰੁਪਈਏ ਰਹਿ ਗਏ, ਇਹਦੀ ਹੱਥ ਨੇ ਸਬਜ਼ੀ ਲੈ ਲੂੰਗੀ। ਕੋਈ ਨਾ, ਜੇ ਬਚ ਕੇ ਮੈਂ ਲਿਆ ਦੂੰਗਾ, ਨਹੀਂ ਇੱਥੋਂ ਲੈ ਲਿਆ, ਤੂੰ ਲੈ ਲਿਓ। ਬੂਟ ਮੇਰੇ, ਬੂਟ ਵੀ ਇੱਥੇ ਕਿਤੇ ਲਵੇ ਪਏ ਹੋਣੇ ਆ, ਹੁਣ ਤੇਰੀਆਂ ਚੀਜ਼ਾਂ ਦਾ ਪੁੱਤ ਤੈਨੂੰ ਹੀ ਪਤਾ, ਸਾਨੂੰ ਪਤਾ, ਲਿਆ ਕੇ ਤਾਂ ਤੂੰ ਨੌਕਰੀ ਤੋਂ ਇੱਥੇ ਸੁੱਟ ਦਿੰਦਾ ਜਦੋਂ ਆਥਣੇ ਆਉਣਾ। ਚੱਲ ਮੈਂ ਕੋ ਖਾਣਾ ਪੀਣਾ ਨਹੀਂ ਸੀ ਪੁੱਤ, ਮੈਂ ਚਿੱਬੜਾਂ ਦੀ ਚਟਣੀ ਕੁੱਟੀ ਹੈ, ਮੈਨੂੰ ਭੁੱਖ ਨਹੀਂ। ਖਾ ਲੈਂਦਾ ਇੱਕ ਅੱਧੀ ਰੋਟੀ ਪੁੱਤ, ਆਪਣੇ ਬਾਪ ਨਾਲ ਵੀ ਹੱਥ ਟੋਕਾ ਕਰਾ ਦਿਆ ਕਰ ਭੋਰਾ। ਬੱਬੂ ਪੁੱਤ, ਮੈਂ ਫੇਰ ਤੈਨੂੰ ਕਹਿੰਦੀ ਕੱਚਿਆਂ 'ਚ ਬੈਠਣ ਦੀ ਕੋਈ ਲੋੜ ਨਹੀਂ, ਠੀਕ ਹੈ? ਆਪਣੀ ਡਿਊਟੀ ਭਗਤਾ ਕੇ ਸਿੱਧਾ ਘਰ ਨੂੰ ਆਈ ਪੁੱਤ। ਨਹੀਂ ਬਹਿੰਦਾ ਕੱਚਿਆਂ 'ਚ, ਲੱਗ ਜਾਂਦੇ ਕਰਨ, ਹੁਣ ਤਾਂ ਦੱਸੇ ਨਾ ਕੋਈ ਗੱਲ। ਉਹ ਫੇਰ ਵੀ ਪੁੱਤ, ਮੇਰਾ ਸਮਝਾਉਣ ਦਾ ਤੈਨੂੰ ਫਰਜ਼ ਬਣਦਾ? ਕੋਈ ਨਾ, ਨਹੀਂ ਬਹਿੰਦਾ, ਮੈਨੂੰ ਸਾਰਾ ਪਤਾ ਹੈਗਾ। ਆਹੋ, ਖਿਆਲ ਨਾ, ਸਿੱਧਾ ਪੁੱਤ ਘਰ ਨੂੰ ਆਈ ਡਿਊਟੀ ਤੋਂ। ਕਿੱਧਰ ਗਿਆ ਨੀ ਇਹ? ਲੈ ਦੱਸ, ਜਾਣਾ ਕਿੱਥੇ ਆ? ਡਿਊਟੀ ਗਿਆ, ਨੌਕਰੀ ਤੇ ਗਿਆ, ਕੁੜੀ ਚੋਰ ਦਾ ਹਵਾ ਵਾਂਗੂ ਨਿਕਲਿਆ ਮੋਟਰਸਾਈਕਲ ਤੇ। ਲੈ ਦੱਸ, ਤੇਰਾ ਹੀ ਨੀ ਕੁਛ ਪਤਾ ਲੱਗਦਾ, ਜੇ ਡਿਊਟੀ ਚਲੇ ਜਾਵੇ ਤਾਂ ਨੀ ਉਹਨੂੰ ਟਿਕਣ ਦਿੰਦਾ, ਜੇ ਘਰ ਬੈਠਾ ਰਵੇ ਤੂੰ ਤਾਂ ਨੀ ਟਿਕਣ ਦਿੰਦਾ। ਹਾਏ ਡਿਊਟੀ ਨੀ ਗਿਆ, ਹਾਏ ਡਿਊਟੀ ਨੀ ਗਿਆ, ਕੋਈ ਟਾਈਮ ਆ ਹੁਣ ਡਿਊਟੀਆਂ ਜਾਣ ਦਾ? ਉਹ ਭਾਈ ਜਦੋਂ ਫੋਨ ਆ ਗਿਆ, ਬੱਚੇ ਪਏ ਨੇ, ਹਾਏ ਹਾਏ, ਜਦੋਂ ਜੀ ਕਰਦਾ ਤਾਂ ਡਿਊਟੀ ਕਹਿੰਦਾ। ਤਾਂ ਕਾਲੀ 'ਚ ਸੀ ਆ, ਧਰਨੇ ਵਾਲੇ ਫੋਨ ਕਰਦੇ ਸੀ, ਜਿਹੜੇ ਕੱਚੇ ਮੁਲਾਜ਼ਮ ਆ, ਆਹ ਕੀ ਆ, ਅੱਗ ਬੁਝਾਊ ਜੰਤਰ ਵਿੱਚ ਮਹਿਕਮੇ 'ਚ,
ਉਹ ਕਹਿੰਦੇ ਸੀ ਕੱਚਿਆਂ ਦੇ ਨਾਲ ਪੱਕੇ ਵੀ ਸਾਡੇ ਨਾਲ ਧਰਨੇ ਤੇ ਬੈਠੋ। ਮੈਂ ਤਾਂ ਕਹਿਤਾ ਭਾਈ ਕੱਚਿਆਂ ਦੇ ਨਾਲ ਧਰਨੇ ਤੇ ਬੈਠਣ ਦੀ ਕੋਈ ਲੋੜ ਨਹੀਂ, ਮਸਾਂ ਮਸਾਂ ਤੈਨੂੰ ਨੌਕਰੀ ਮਿਲੀ ਆ। ਹਾਏ ਹਾਏ ਗਰਮੀ ਬਹੁਤ ਆ। ਜੱਸੀ ਮਿਲਿਆ ਤੇ ਇੱਥੇ। ਅੱਛਾ ਮੈਂਬਰ ਉਹ ਨਹੀਂ ਫਿਰਦਾ ਜੀ ਸਾਰਿਆਂ ਨੂੰ, ਹੁਣ ਜੱਗੇ ਨੂੰ ਨਹੀਂ ਫਿਰਦਾ ਜੀ, ਮੋਹਨ ਨੂੰ ਨਹੀਂ ਫਿਰਦਾ ਸੀ। ਕੀ ਕਹਿੰਦਾ? ਕਹਿੰਦਾ ਜ਼ਿਆਦਾ ਮੇਰੀ ਚਾਚਾ ਪੈਸੇ ਦੇ, ਅਸੀਂ ਕਹਿੰਦਾ ਮੈਂ ਤਾਂ ਬਾਹਣ ਦਾ ਕਿੱਲਾ ਵਾਹੂੰਗਾ। ਹੈ ਕਿਵੇਂ ਵਾਹ ਲੇਂਗਾ ਬਾਹਣ? ਹੁਣ ਪੰਚਾਇਤ ਕਹਿੰਦੀ ਕਹਿੰਦੀ ਵੀ ਜ਼ਿਆਦਾ ਪੈਸੇ ਦਿਓ ਭਾਈ ਤੁਸੀਂ ਇਹਦੇ, ਦੱਸ ਕਿੱਧਰ ਮਰਾਂ ਕੀ ਕਰਾਂ। ਜੱਸੀ ਨੂੰ ਤਾਂ ਹਜੇ ਛੱਡ, ਅਜਮੇਰ ਸਿੰਘ ਅਤੇ ਪੰਮੀ ਦਾ ਵੀ ਫੋਨ ਆ ਕੇ ਹਟਿਆ, ਮੇਰਾ ਤਾਂ ਸੋਚ ਸੋਚ ਸਿਰ ਦੁਖਾਉਣ ਲੱਗ ਪਿਆ। ਉਹ ਕਹਿੰਦੇ ਸਾਡੇ ਭਾਈ ਜਵਾਕ ਦਾ ਲੱਗ ਗਿਆ ਵੀਜ਼ਾ, ਸਾਨੂੰ ਦੋ ਚੌਂ ਦਿਨਾਂ ਵਿੱਚ 9.5 ਲੱਖ ਰੁਪਈਆ ਜਿਹੜਾ ਰਹਿੰਦਾ ਹੈ ਦਿਓ, 2.5 ਲੱਖ ਉਹ ਕਹਿੰਦੇ ਗਿਆ ਹੋਇਆ ਹੈ। ਕਿੱਧਰ ਮਰੀਏ ਪੈਸੇ ਦੇਖੋ, ਕਹਿੰਦੇ ਖੜ ਜਾਓ 6 ਮਹੀਨੇ ਹੁਣ, ਕੰਪਨੀ ਕੰਪਨੀ ਦਾ ਕਹਿ ਦਿੰਦੀ ਤੂੰ ਵੀ ਕੰਪਨੀ 'ਚੋਂ ਆਉਣਗੇ ਪੈਸੇ। ਫੋਨਾਂ ਦੇ ਵਿੱਚ ਤਾਂ ਸਾਰਾ ਆ ਗਿਆ ਵੀ ਕੰਪਨੀ ਭੱਜ ਗਈ ਭਾਈ। ਉਹ ਕਹਿੰਦੇ ਅਸੀਂ ਤਾਂ ਏਜੰਟ ਨੂੰ ਪੈਸੇ ਦੇਣੇ, ਏਜੰਟ ਨੇ ਤਾਂ ਉਹਨਾਂ ਦੇ ਢੂਹੇ 'ਚ ਡੰਡਾ ਦੇ ਰੱਖਿਆ ਵੀ ਪੈਸੇ ਦਿਓ। ਕਹਿੰਦੀ ਮੈਂ ਤਾਂ ਆਪਣਾ ਡੋਮ ਛੱਲਾ ਵੀ ਸਾਰਾ ਵੇਚ ਕੇ ਆਈ ਹਾਂ। ਦੱਸ ਮੈਂ ਕਿੱਧਰ ਮਰਾਂ ਕਿੱਥੋਂ ਲਿਆ ਕੇ ਦੇਵਾਂ ਪੈਸੇ, ਕੀ ਕਰੀਏ ਤਾਂ ਕੀ ਨਾ ਕਰੀਏ। ਮੈਂ ਤਾਂ ਐਂ ਕਹਿੰਦੀ ਸੀ ਵੀ ਕੁਛ ਬੱਬੂ ਦੀ ਤਨਖਾਹ ਆਉਂਦੀ ਆ, ਕੁਛ ਆਪਣੀ ਫਸਲ ਹੋ ਜਾਂਦੀ, ਫਿਰ ਆਪਾਂ ਥੋੜ੍ਹਾ ਜਿਹਾ ਦੇ ਦਿੰਦੇ ਦੋ ਵਾਰੀ ਕਰਕੇ ਪੰਮੀ ਨੂੰ ਅਤੇ ਜਮੇਰ ਸੋਨੂੰ, ਚੱਲ ਉਹਨਾਂ ਦਾ ਵੀ ਮੂੰਹ ਰਹਿ ਜਾਂਦਾ। ਜਿਹੜੀ ਤਨਖਾਹਾਂ ਭਾਲਦੀਆਂ, ਮੈਨੂੰ ਲੱਗਦਾ ਭੈਣ ਦੇ ਖਸਮ ਦੀ ਇਹ ਕੋਈ ਨੌਕਰੀ ਨੁਕਰੀ ਦੀ ਨਹੀਂ ਲੱਗਿਆ ਹੋਇਆ, ਇਹ ਫੁੱਦੂ ਬਣਾਉਂਦਾ ਆਪਾਂ ਨੂੰ। ਹੈ ਨੌਕਰੀ 'ਤੇ ਲੱਗਿਆ ਹੋਵੇ ਸਿੱਧਰਾ ਪੁੱਧਰਾ ਨਹਾ ਧੋ ਕੇ ਤੜਕੇ 7 ਵਜੇ ਨਾ ਜਾਵੇ। ਆਹ ਜਿਹੜੇ ਜਿੰਨੇ ਵੀ ਭੈਣ ਡਿਊਟੀਆਂ ਕਰਦੇ ਨੇ ਸਰਕਾਰੀ, ਸਾਰੇ 7-7 ਵਜੇ ਦਾ ਭਗਵੰਤ ਮਾਨ ਬੁਲਾਉਣ ਲੱਗ ਗਿਆ ਸਾਰਿਆਂ ਨੂੰ। ਇਹ ਕੱਲੀ ਚੌਧਰੀ ਗਾਂ 10 ਵਜੇ ਜਾਂਦਾ, ਤੂੰ ਵੀ ਨੀ ਕੱਲਾ ਹੀ ਮਾਣ ਆ ਦੇ, ਤੈਨੂੰ ਨੀ ਯਕੀਨ ਆਪਣੀ ਔਲਾਦ ਤੇ, ਮਾੜਾ ਮੋਟਾ ਵਿਸ਼ਵਾਸ ਤਾਂ ਕਰੇ ਬੰਦਾ। ਮੂੰਹੋਂ ਮੂੰਹੀ ਪੁਕਾਰਦੇ ਨੇ ਸਾਰੇ, ਉਹ ਰਾਮ ਸਰੂਪ ਕਹਿੰਦਾ ਨੌਕਰੀ ਤੇ ਲੱਗਿਆ ਨੀ ਹੋਇਆ, ਲੱਗਿਆ ਨੀ ਹੋਇਆ। ਇਹ ਤੂੰ ਲੋਕਾਂ ਦੀਆਂ ਉਂਗਲਾਂ ਤੇ ਨਾ ਚੜ, ਨਾ ਚੜ, ਆਪਣੇ ਜਵਾਕ ਤੇ ਮਾੜਾ ਮੋਟਾ ਯਕੀਨ ਰੱਖੀਦਾ ਹੁੰਦਾ, ਮਾੜੀ ਮੋਟੀ ਅਕਲ ਨੂੰ ਹੱਥ ਮਾਰ। ਮੇਰੀ ਗੱਲ ਸੁਣ, ਮੇਰਾ ਚਾਦਰਾ ਤੇ ਕੁੜਤਾ ਕੱਢ ਕੇ ਲਿਆ, ਨਾਲ ਤਾਂ ਮੈਂ ਲੀਲੋ ਵਾਲਾ ਭੋਗਤੇ ਜਾਵਾਂ, ਨਾਲੇ ਮਾੜਾ ਮੋਟਾ ਪੁੱਛ ਪੜਤਾਲ ਤਾਂ ਕਰਾਂ ਵੀ ਪੱਕੀ ਗੱਲ ਹੈਗੀ ਕਿ ਲੋਕ ਤੇਰੇ ਸਾਦੀ ਉਮੀ ਕੁੜੀ ਦੀ ਨੂੰ ਫਿਰਦੇ ਨੇ। ਕੀ ਤੂੰ ਉੱਥੇ ਪੁੱਛ ਪਛਾਈਆ ਕਰਨਾ ਜਾ ਕੇ, ਜੋ ਆਖਦਾ ਵੀ ਘਾਟਾ ਹੋਊਗਾ, ਹੈ ਐਡਾ ਉਹ ਅਫਸਰ ਲੱਗਾ ਘਾਟਾ ਹੋ, ਮਾੜਾ ਮੋਟਾ ਪੁੱਛ ਪੜਤਾਲ ਨਹੀਂ ਕਰਨੀ ਹੈਗੀ, ਦੇਖ ਦੇਖ ਕੇ ਦਾਵਾਂ ਜਾ ਕੇ ਮੈਂ ਕਿੱਥੇ ਬਹਿੰਦਾ ਇਹ ਕਿਹੜੀ। ਤੂੰ ਨਹੀਂ ਹਟ ਸਕਦਾ, ਆ ਕਰ ਲਾ ਪੁੱਛ ਪੜਤਾਲ, ਆ ਨਾ ਟਿਕਦਾ ਨਾ ਕਿਸੇ ਕੰਜਰ ਨੂੰ ਟਿਕਣ ਦਿੰਦਾ। ਲਿਆਉਣੀ ਆ ਕੁੜਤਾ ਚਾਦਰਾ ਹੁਣ, ਲਿਆਉਣੀ ਆ, ਲਿਆ ਰੋਟੀ ਪਾ ਲਿਆ ਨਾਲੇ। ਸਿਆਪਾ ਖੜਾ ਹੋ ਗਿਆ ਪੂਰਿਆ, ਤੁਹਾਡੇ ਬਣੇ ਨੇ ਕੰਪਨੀ ਦੇ ਦੁੱਗਣੇ ਪੈਸੇ ਕਿਉਂ, ਮੈਨੂੰ ਲੱਗਦਾ ਜਿਹੜੇ ਪੱਲੇ ਪਸ ਹੈਗੇ ਇਹ ਵੀ ਨਹੀਂ ਰਹਿਣਾ ਭੈਣ ਦਾ ਖਸਮ ਨਾ। ਆ ਲੈ ਫੜ ਥੈਲਾ, ਸੌਦਾ ਪੱਤਾ ਪਵਾ ਲੈਣੀ ਇਹਦੇ ਵਿੱਚ, ਪਵਾ ਲਿਓ। ਆ ਲੀਰ ਲੈ ਕੇ ਆਉਣ ਵਾਲੇ, ਮੈਂ ਗੰਡਾਸਾ ਬਣਨਾ ਇੱਧਰੋਂ। ਗੰਡਾਸੇ ਨੂੰ ਇਹ ਕਿਉਂ ਨਾਲ ਲੈ ਕੇ ਚੱਲਾਂ? ਉਹ ਇਹ ਸੂਏ ਦੀ ਬਾਰੀ ਦੀ ਜਾਂ ਨਾ, ਰਾਤ ਨੂੰ ਵੇਲੇ ਕੇ ਵੇਲੇ 100 ਕੁੱਤਾ ਬੇਲਾ ਮਿਲ ਜਾਂਦਾ ਉੱਥੇ। ਹੈਂ ਆ ਬਲੇਡ ਜਾਂ ਨਵਾਂ ਲਵਾ ਕੇ ਲਿਆਉਂਗਾ, ਨਾ ਢਿੱਲਾ ਹੋਇਆ ਪਿਆ ਸਾਰਾ ਕੁਛ। ਚੱਲ ਕੋਈ ਨਹੀਂ, ਲਿਆ ਦਿੰਦੀ ਆ ਨਾਲੇ 1-1 ਕਿਲੋ ਦਾਲਾਂ ਪਵਾ ਲਈ ਸਾਰੀਆਂ। ਪਵਾ ਲਿਆਉਂਗਾ, ਪਹਿਲਾਂ ਮੈਂ ਮੁੰਡੇ ਦਾ ਪਤਾ ਸਦਾ ਕਰਾਂ, ਮੁੰਡਾ ਜਾਂਦਾ ਵੀ ਹੈ ਕਿ ਜਾਂਦਾ ਨਹੀਂ ਉੱਥੇ। ਐਵੇਂ ਨਾ ਉੱਥੇ ਬੋਲਣ ਲੱਗ ਪਈ, ਪੁੱਛ ਪੜਤਾਲ ਪਹਿਲਾਂ ਚੰਗੀ ਤਰ੍ਹਾਂ ਕਰ ਲਈ, ਜਾਂਦਾ ਨਾ ਉੱਥੇ ਲੱਗ ਪਈ ਉੱਚੀ ਉੱਚੀ ਬੋਲ। ਬੌਲਾ ਥੋੜੂ ਆ, ਮੈਂ ਤਾਂ ਦੇਖ ਕੇ ਆਉਣਾ ਜੀ, ਮੁੰਡਾ ਤਾਂ ਹੈਗਾ ਕਹੀਂ ਨਹੀਂ ਗਾ, ਜੇ ਮੁੰਡਾ ਉੱਥੇ ਨੌਕਰੀ 'ਤੇ ਹੋਇਆ ਮੈਨੂੰ ਕੀ ਲੋੜ ਆ ਬੋਲਣ ਦੀ, ਜੇ ਨਾ ਹੋਇਆ ਫਿਰ ਧੌੜੀ ਲਾਹੂ ਮੇਰੇ ਸਾਲ ਦੇ ਉੱਥੇ ਮੈਂ। ਚੁੱਪ ਕਰ, ਉਹ ਹੁਣ ਆਈ ਆ ਘਰੋਂ ਡਿਊਟੀ 'ਤੇ ਗਿਆ, ਬਹੁਤਾ ਬੋਲਿਆ ਨਾਲੇ ਆ ਚੱਕ ਮਾਰੇ ਖਾ ਲਿਆ। ਉਹ ਪਹਿਲਾਂ ਪੱਖਾ ਹਵਾ ਨਹੀਂ ਦਿੰਦਾ, ਜਾਂ ਕੂਲਰ ਲਿਆਈ ਹਲਕਾ ਜਿਹਾ ਮਹਿੰਗਾ। ਹੋਰ ਨਾ ਮੈਂ ਤੈਨੂੰ ਕਿਤੇ ਕੂਲਰ ਵੱਡਾ ਲਿਆਵਾਂ ਕਿਤੇ,
ਪੈਸਾ ਜ਼ਹਿਰ ਖਾਣ ਨੂੰ ਨੇ ਪੁੱਛੂਗਾ ਆੜਤੀ ਤੇ ਜੇ ਦੇਊਗਾ ਆ ਐਡੇ ਕ ਟੇਬਲ ਤੇ ਐਡਾ ਕ ਕੂਲਰ ਰੱਖ ਹੋ ਜਾਣਾ ਆਪਣੇ ਦੋਹਾਂ ਜੋਗਾ ਬਥੇਰਾ ਚਲ ਪਰਾ ਹੋ ਲਿਆ ਦੇ ਲੀਰ ਜੀ ਮੜੀ ਜੀ ਕੀ ਲਿਆ ਕੇ ਦਮਾ ਤੈਨੂੰ ਇੱਥੋਂ ਹੁਣ ਆ ਰਹਿਣ ਦੇ ਤੇ ਨਹੀਂ ਦੇਖਦੀ ਰਹਿਣ ਦੇ ਮੈਂ ਫੇਰ ਬਾਰ ਬਾਰ ਕਹਿੰਦੀ ਘੰਟੇ ਚ ਲਿਆ ਮੈਂ ਨਾਲ ਆਪੇ ਹੀ ਕੋਈ ਸੀ ਇੱਥੇ ਮੁੰਡਾ ਗੁੱਸਾ ਕਰੂਗਾ ਫੇ ਆ ਜੀ ਆਥਣੇ ਦੇਖੀ ਪੈਪਾਂ ਚ ਮਾਰੂਗਾ ਉਹ ਆ ਗਈ ਸਿਮਰਨ ਉਰਿਆ ਉਰੇ ਕੀ ਕਰਨਾ ਹੀ ਹੈ ਕਹਿ ਕੇ ਮੈਨੂੰ ਇੰਸਟੀਚਿਊਟ ਯਾਰ ਉੱਥੇ ਬਹਾਨਾ ਲਾ ਕੇ ਉਰੇ ਆ ਗਈ ਤੂੰ ਸਰਟੀਫਿਕੇਟ ਲੈਣਾ ਫਿਰ ਮੈਂ ਸਰਟੀਫਿਕੇਟ ਲੈਣਾ ਸੀ ਤੂੰ ਦੱਸ ਕੀ ਗੱਲ ਆ ਕਿਉਂ ਤੰਗ ਕੀਤਾ ਹੋਇਆ ਤੂੰ ਮੈਨੂੰ ਯਾਰ ਮੈਂ ਤੰਗ ਕਰਦਾ ਤੈਨੂੰ ਹੁਣ ਤੈਨੂੰ ਮੈਂ ਤੰਗ ਕਰਨ ਲੱਗ ਗਿਆ ਯਾਰ ਮੇਰੀ ਗੱਲ ਤਾਂ ਸੁਣ ਲੈ ਯਾਰ ਤੂੰ ਧਿਆਨ ਨਾਲ ਨਾ ਬੱਬੂ ਮੈਂ ਕੀ ਗੱਲ ਸੁਣਾ ਤੂੰ ਮੇਰਾ ਫੋਨ ਮੇਰਾ ਫੋਨ ਕਾਹਤੋਂ ਨਹੀਂ ਚੱਕਦੀ ਪਹਿਲਾਂ ਮੈਨੂੰ ਐਂ ਦੱਸ ਮੈਂ ਤੇਰਾ ਫੋਨ ਕਿਉਂ ਚੱਕਾਂ ਕੀ ਲੈਣਾ ਮੈਂ ਤੇਰੇ ਤੋਂ ਓ ਯਾਰ ਤੈਨੂੰ ਕੀ ਹੋ ਗਿਆ ਯਾਰ ਤੂੰ ਗੱਲ ਤਾਂ ਸੁਣ ਲੈ ਮੇਰੀ ਯਾਰ ਕੀ ਗੱਲ ਪਹਿਲਾਂ ਦਿਮਾਗ ਠੰਡਾ ਕਰ ਮੇਰੀ ਗੱਲ ਸੁਣ ਦਿਮਾਗ ਠੰਡਾ ਕਰ ਪਹਿਲਾਂ ਤੂੰ ਮੇਰੀ ਗੱਲ ਸੁਣ ਤੂੰ ਕਿਉਂ ਮੇਰਾ ਜਲੂਸ ਕੱਢੀ ਜਾਂਦਾ ਲੋਕ ਦੇਖੀ ਜਾਂਦੇ ਨੇ ਮੈਨੂੰ ਹੁਣ ਤੇਰਾ ਮੈਂ ਜਲੂਸ ਕੱਢਦਾ ਅੱਗੇ ਵੀ ਤਾਂ ਯਾਰ ਆਪਾਂ ਹੀ ਮਿਲਦੇ ਸੀਗੇ ਹੁਣ ਤੈਨੂੰ ਜਲੂਸ ਲੱਗਣ ਲੱਗ ਗਿਆ ਤੂੰ ਗੱਲ ਕੀ ਆ ਮੈਨੂੰ ਉਹ ਦੱਸ ਤੂੰ ਮੇਰਾ ਫੋਨ ਕਿਉਂ ਨਹੀਂ ਚੱਕਦੀ ਪਹਿਲਾਂ ਮੈਨੂੰ ਐਂ ਦੱਸ ਮੈਂ ਤੇਰਾ ਕੋਈ ਫੋਨ ਨਹੀਂ ਚੱਕਣਾ ਮੈਂ ਕਹਿ ਕੀ ਦਿੱਤਾ ਤੈਨੂੰ ਯਾਰ ਬੱਬੂ ਪਲੀਜ਼ ਮੈਨੂੰ ਫੜ ਲੈਣ ਦੇ ਅੱਗੇ ਬਹੁਤ ਬਦਨਾਮੀ ਹੋ ਚੁੱਕੀ ਆ ਤੇਰਾ ਤਾਂ ਕੁਝ ਨਹੀਂ ਗਿਆ ਨਾ ਓ ਯਾਰ ਤੂੰ ਚੁੱਪ ਕਰਕੇ ਪਹਿਲਾਂ ਮੇਰੀ ਗੱਲ ਸੁਣ ਲੈ ਯਾਰ ਆਪਾਂ ਇੱਥੇ ਰੂਮ 'ਚ ਚੱਲਦੇ ਆ ਮੇਰੇ ਦੋਸਤ ਦਾ ਰੂਮ ਆਪਾਂ ਗੱਲ ਕਰਦੇ ਆ ਬਹਿ ਕੇ ਯਾਰ ਬੱਬੂ ਮੈਂ ਕਹਿਤਾ ਨਾ ਮੈਂ ਤੇਰੇ ਨਾਲ ਕੋਈ ਰੂਮ 'ਚ ਨਹੀਂ ਜਾਣਾ ਹੈਗਾ ਓ ਯਾਰ ਫਿਰ ਪਾਰਕ 'ਚ ਚੱਲਦੇ ਆ ਯਾਰ ਇੱਥੇ ਪਾਰਕ ਹੈਗਾ ਜਿਹਨੂੰ ਰੂਮ 'ਚ ਨਹੀਂ ਜਾਣਾ ਯਾਰ ਇੱਥੇ ਬਹਿ ਕੇ ਗੱਲ ਕਰ ਦੂਰ ਜਲੂਸ ਕਿਉਂ ਕੱਢਦੇ ਆ ਦੇਖੀ ਕਿੰਨੇ ਲੋਕ ਦੇਖਦੇ ਨੇ ਨਾ ਮੈਂ ਰੂਮ 'ਚ ਜਾਣਾ ਨਾ ਮੈਂ ਪਾਰਕ 'ਚ ਜਾਣਾ ਤੂੰ ਜਾ ਆਪਦਾ ਯਾਰ ਆਪਾਂ ਇੱਥੇ ਚੱਲਦੇ ਆ ਯਾਰ ਫਿਰ ਆਪਾਂ ਇੱਥੇ ਕੁਝ ਖਾਂਦੇ ਆ ਯਾਰ ਇੱਥੇ ਕੈਫੇ 'ਚ ਚੱਲਦੇ ਆ ਯਾਰ ਉੱਥੇ ਬਹਿ ਕੇ ਤਾਂ ਗੱਲ ਸੁਣਦਾ ਯਾਰ ਕਿਉਂ ਜਲੂਸ ਕੱਢਦੀ ਆ ਮੇਰਾ ਚੱਲ ਠੀਕ ਆ ਤੂੰ ਚੱਲ ਨਾ ਤੂੰ ਫੋਨ ਚੱਕਦੀ ਆ ਜਾਂ ਮੋਟਰਸਾਈਕਲ ਤੇ ਚੱਲ ਮੇਰੇ ਨਾਲ ਨਹੀਂ ਤੂੰ ਜਾ ਮੈਂ ਤੇਰੇ ਨਾਲ ਮੋਟਰਸਾਈਕਲ ਤੇ ਨਹੀਂ ਜਾਣਾ ਮੈਂ ਆਉਣੀ ਆ ਤੇਰੇ ਪਿੱਛੇ ਚੱਲ ਚੰਗਾ ਆਉਂ ਰਿਆ ਲਵੇ ਇੱਥੇ ਆ ਜੀ ਅੱਗ ਵਜਾਉਣ ਵਾਲੀ ਤਾਂ ਆਹੀ ਲੱਗਦੇ ਨੇ ਮੈਨੂੰ ਹੈ ਨੀਂਦ ਆਈ ਨਹੀਂ ਮੁੰਡਾ ਕਿਤੇ ਬਸ ਤਾਂ ਖੈਰ ਨਵੀਂ ਲੈ ਕੇ ਦਿੱਤੀ ਮਤਲਬ ਹੈ ਬੱਬੂ ਨੂੰ ਅੱਗ ਕਿੱਥੇ ਲੱਗੀ ਕਿੰਨੀ ਅੱਗ ਸੀ ਕੀ ਚੀਜ਼ ਲੱਗੀ ਕੌਣ ਇਹ ਬੱਕਰੀ ਵਾਲਾ ਬੁੜਾ ਜਾ ਬਾਬਾ ਨੰਗਿਆ ਬਾਬਾ ਗਾਹ ਨੰਗਿਆ ਹੈਗਾ ਰਾਹ ਇੱਥੋਂ ਦੀ ਕੀ ਔਸਾ ਆ ਬੜੀ ਕਰਕੇ ਆ ਬਾਬਾ ਸਿੱਧੀ ਆ ਜਾ ਕਿਵੇਂ ਫਿਰਦਾ ਵੀਰੇ ਗੇੜੇ ਦਿੰਦਾ ਹਨਾ ਕੁਝ ਨਹੀਂ ਬਾਬੇ ਨੂੰ ਕਹਿੰਦਾ ਰੌਡਾ ਮਾਰਦਿਆ ਕਰੋਗੇ ਉਹਰੇ ਖੱਬਲ ਵਾਲੀ ਮਾਰ ਦੰਨੇ ਬਾਬਾ ਹੈ ਤੂੰ ਕਿਵੇਂ ਬਾਬਾ ਉਲਝਿਆ ਫਿਰਦਾ ਹੈ ਤੁਸੀਂ ਭਾਈ ਇੱਥੇ ਹੁੰਨੇ ਹੋ ਹਾਂ ਬਾਬਾ ਅੱਛਾ ਅੱਛਾ ਠੰਡਾ ਦੱਸੋ ਬਾਬਾ ਲਾਉਂਗੇ ਨਾ ਭਾਈ
ਬੈਠੋ ਬਾਬਾ ਬੈਠੋ ਜੀ। ਮੈਂ ਤਾਂ ਭਾਈ ਸੁਖਵਿੰਦਰ ਦਾ ਪਾਪਾ। ਕਿਹੜਾ ਸੁਖਵਿੰਦਰ? ਸ਼ਾਹਦਲੀ ਵਾਲਾ ਫਾਇਰ ਚ ਲੱਗਿਆ ਹੋਇਆ ਅਫਸਰ ਤੁਹਾਡਾ। ਕਿੱਥੇ? ਉਰੇ ਤਾਂ ਹੈ ਨਹੀਂ ਸੁਖਵਿੰਦਰ ਜੀ ਕੋਈ। ਹੈ? ਉਰੇ ਤਾਂ ਸੁਖਵਿੰਦਰ ਹੈ ਨਹੀਂ ਜੀ ਕੋਈ। ਕਿਹੜਾ ਸੁਖਵਿੰਦਰ ਜੀ? ਸ਼ਾਹਦਲੀ ਤੋਂ ਸੁਖਵਿੰਦਰ ਆ ਪਤਲਾ ਜਿਹਾ ਗੋਰਾ ਜਿਹਾ। ਸ਼ਾਹਦਲੀ ਤੋਂ ਕੋਈ ਹੈ ਹੀ ਨਹੀਂ। ਸ਼ਾਹਦਲੀ ਤਾਂ ਹੈ ਨਹੀਂ ਸੁਖਵਿੰਦਰ ਜੀ। ਨਹੀਂ ਉਰੇ ਕੋਈ ਜੀ। ਸੁਖਵਿੰਦਰ ਨਾਂ ਦਾ ਕੋਈ ਮੁੰਡੇ ਨਹੀਂ ਜੀ ਉਰੇ ਨਾ ਕੋਈ ਅਫਸਰ। ਹੋਊਗਾ ਤਾਂ ਵੱਡਾ ਅਫਸਰ ਹੋਊ ਕੋਈ ਨਾ ਕੋਈ ਸੋ ਤੋਂ। ਨਾ ਜੀ ਉਰੇ ਤਾਂ ਨਹੀਂ ਹੈਗਾ ਜੀ ਕੋਈ। ਹੈਂ? ਨਾ ਜੀ ਸੁਖਵਿੰਦਰ ਤਾਂ ਹੈ ਹੀ ਨਹੀਂ ਨਾ ਕਿਸੇ ਦਾ। ਅੱਛਾ ਹਾਂ ਜੀ। ਕੋਈ ਹੋਰ ਨਹੀਂ ਕਿ ਬਸ ਬਸ ਜੀ ਫਾਇਰ ਵਾਲੀ? ਨਾ ਜੀ ਇਹੀ ਨੇ ਜੀ ਬਸ ਆਹੀ ਨੇ ਜੀ ਇਹੀ ਨੇ ਜੀ। ਅੱਛਾ ਭਾਈ। ਹਾਂ ਜੀ। ਨਹੀਂ ਸੁਨਾਮ 'ਚ ਇਹੀ ਹੈ ਇਕੱਲੀ ਇਹੀ ਨੇ ਜੀ ਸੁਨਾਮ 'ਚ। ਭਗਵੰਤ ਮਾਨ ਨੇ ਆਪ ਰੱਖਿਆ ਨੂੰ ਉਹ ਫਟਸਪ ਜਾ ਕਿਹੜਾ ਹੁੰਦਾ ਉਸੇ ਦੀ ਕਰਤਾ ਸਾਰਾ ਕੰਮ ਉਹਨੇ ਪੇਪਰ ਪੂਪਰ ਜੇ ਰਾਤ ਨੂੰ ਹੋ ਗਏ ਤਾਂ ਭਗਵੰਤ ਮਾਨ ਨੇ ਸਪੈਸ਼ਲ ਕਹਿ ਕੇ ਰੱਖਿਆ ਵੀ ਭਾਈ ਇਹਨੂੰ ਰੱਖੋ। ਪੜਦਾ ਬਹੁਤ ਹੀ ਮੁੰਡਾ। ਤੁਸੀਂ ਕੀ ਲੱਗੇ ਆ ਭਾਈ ਇੱਥੇ ਡਰਾਈਵਰ ਹੋ ਕੀ ਹੋ? ਹਾਂ ਜੀ ਡਰਾਈਵਰ ਹਾਂ ਜੀ। ਭਾਈ ਫਿਰ ਤੁਹਾਨੂੰ ਨਹੀਂ ਪਤਾ ਹੋਣਾ ਅਫਸਰ ਲੱਗਿਆ ਹੋਇਆ ਉਹ ਤਾਂ ਕਾਰ ਮਿਲੀ ਉਹਨੂੰ ਤਾਂ ਵੱਡੀ ਉਰੇ ਤਾਂ ਨਹੀਂ ਬਾਬਾ ਦੋ ਪੁਲਿਸ ਵਾਲੇ ਮਿਲੇ ਹੋਏ ਨੇ ਕਾਰ। ਚੱਲ ਭਾਈ ਤੁਹਾਨੂੰ ਕੀ ਪਤਾ ਹੋਣਾ ਖਬਰ ਅਫਸਰ ਕਦੋਂ ਆਉਂਦੇ ਨੇ ਕਦੋਂ ਨਾ ਕੀ ਪਤਾ ਕਿਹਨੂੰ ਦੇਖਣ ਗਿਆ ਹੋਊਗਾ ਅਫਸਰ ਉਹ। ਹੈਂ? ਸਹੀ ਨਹੀਂ ਬਾਬਾ ਉਰੇ ਕੋਈ ਨਾ ਲੱਗ ਜੂ ਪਤਾ ਜਿਹਦੇ ਤੁਹਾਡੇ 'ਤੇ ਛਾਪਾ ਮਾਰਿਆ ਸੀ ਆਪੇ ਭੂਰੇ ਨੂੰ ਭਾਲ ਦਿਆਂਗੇ ਸ਼ਾਇਲੀ ਫਿਰ। ਚੰਗਾ ਭਾਈ ਕਹਿ ਦੇ ਜੇ ਆਇਆ ਨਾ ਸੁਖਵਿੰਦਰ ਕਹਿ ਤੇਰਾ ਪਾਪਾ ਆਇਆ ਸੀ। ਆਹੋ ਹੋਰ ਚਾਹ ਪਾਣੀ ਬਾਬਾ? ਤੁਹਾਡੇ ਕੀ ਬਸ ਦੀ ਗੱਲ ਆ ਪੜ੍ਹਦੇ ਤਾਂ ਹੈ ਨਹੀਂ ਤੁਸੀਂ ਡਰਾਈਵਰੀ ਲੱਗੋਗੇ ਬਾਬਾ ਕੀ ਪਤਾ ਬੇਚਾਰਾ। ਹਾਂ ਬੋਲ ਕੀ ਕਹਿਣਾ ਸੀ ਤੂੰ ਮੈਨੂੰ? ਯਾਰ ਪਹਿਲਾਂ ਤਾਂ ਤੂੰ ਆਪਦਾ ਗੁੱਸਾ ਠੰਡਾ ਕਰ ਯਾਰ। ਯਾਰ ਸਿਮਰਨ ਯਾਰ ਤੂੰ ਮੇਰਾ ਫੋਨ ਕਦੋਂ ਨਹੀਂ ਚੱਕਦੀ? ਤੈਨੂੰ ਪਤਾ ਯਾਰ ਮੈਂ ਪਾਗਲ ਹੋ ਜਾਂਦਾ ਤੈਨੂੰ ਫੋਨ ਲਾ ਲਾ। ਤੂੰ ਯਾਰ ਉਹਦੀ ਕੱਟ ਦਿੰਦੀ ਆ ਮੇਰਾ ਫੋਨ। ਪਹਿਲਾਂ ਮੇਰੀ ਗੱਲ ਤਾਂ ਯਾਰ ਧਿਆਨ ਨਾਲ ਸੁਣ ਲਿਆ ਕਰ ਯਾਰ। ਗੱਲ ਨਹੀਂ ਸੁਣਦੀ ਪਈ ਆ ਹੁਣ ਦੱਸ ਜਿਹੜੀ ਗੱਲ ਕਰਨੀ ਹੈ ਨਾ ਉਹ ਕਰ। ਫਾਲਤੂ ਗੱਲਾਂ ਕੋਲ ਟਾਈਮ ਨਹੀਂ ਹੈਗਾ ਮੇਰੇ ਕੋਲ। ਯਾਰ ਮੇਰਾ ਇਹਦੇ ਵਿੱਚ ਕੋਈ ਕਸੂਰ ਨਹੀਂ ਹੈਗਾ ਯਾਰ। ਸਾਰਾ ਕਸੂਰ ਯਾਰ ਵਿਚਾਰੇ ਮੇਰੇ ਮੰਮੀ ਦੀ ਅਣਪੜ੍ਹਤਾ ਦਾ ਯਾਰ ਨਾਲੇ ਮੇਰੇ ਡੈਡੀ ਦੀ ਦਾ ਯਾਰ। ਯਾਰ ਉਹਨਾਂ ਨੇ ਸਭ ਕੁਛ ਉਹਨਾਂ ਕਰਕੇ ਹੋਇਆ ਯਾਰ। ਯਾਰ ਮੈਂ ਤਾਂ ਨਹੀਂ ਕੁਛ ਕੀਤਾ ਯਾਰ। ਤੇਰੀ ਮੰਮੀ ਨੇ ਮੈਨੂੰ ਹਸਪੀਟਲ 'ਚੋਂ ਵੀ ਮੋੜਤਾ ਯਾਰ ਉਹਦੇ। ਮੈਂ ਗਿਆ ਸੀਗਾ ਮਗਰ। ਯਾਰ ਤੂੰ ਕਿਹੜੀ ਗੱਲ ਦਾ ਗੁੱਸਾ ਲੈ ਕੇ ਬੈਠੀ ਆ ਪਹਿਲਾਂ ਮੈਨੂੰ ਐਂ ਦੱਸ। ਬੱਬੂ ਦੇਖ ਉਹ ਗੱਲ ਪਹਿਲਾਂ ਹੀ ਕਲੀਅਰ ਹੋ ਚੁੱਕੀ ਆ। ਮੈਂ ਕਹਿਤਾ ਨਾ ਸਾਰਾ ਕਸੂਰ ਮੇਰਾ ਸੀ। ਤੁਹਾਡਾ ਤੇ ਤੁਹਾਡੀ ਫੈਮਿਲੀ ਦਾ ਕੋਈ ਕਸੂਰ ਨਹੀਂ ਹੈਗਾ। ਇਹ ਗੱਲ ਖਤਮ ਹੋ ਗਈ ਆ। ਤੂੰ ਹੁਣ ਤਾਂ ਮੇਰਾ ਖਿਹੜਾ ਛੱਡ ਦੇ। ਕਿਉਂ ਮੈਨੂੰ ਫੋਨ ਲਾ ਲਾ ਕੇ ਤੰਗ ਕਰਦਾ ਆ? ਮੇਰੀ ਵੀ ਕੋਈ ਲਾਈਫ ਆ। ਕਿੰਨਾ ਕੁ ਟਾਈਮ ਮੈਂ ਤੇਰੀਆਂ ਗੱਲਾਂ ਸੁਣੀ ਜਾਊਂਗੀ? ਪਹਿਲਾਂ ਮੈਂ ਇੱਕ ਫਰੈਂਡ ਸੀ ਬਟ ਹੁਣ ਉਹ ਵੀ ਨਹੀਂ ਹੈਗੇ। ਤੇਰੀ ਗਲਤੀ ਕਰਕੇ ਨਾ ਤੂੰ ਇੱਕ ਫਰੈਂਡ ਵੀ ਖੋਲੀ ਆ। ਉਹ ਯਾਰ ਮੈਂ ਤੇਰੇ ਪੈਰੀ ਹੱਥ ਲਾਉਣਾ ਯਾਰ। ਤੂੰ ਯਾਰ ਮੇਰੀ ਫਰੈਂਡ ਤਾਂ ਰਹਿ ਯਾਰ। ਮੈਂ ਤੈਨੂੰ ਕਦੋਂ ਕਹਿਣਾ ਯਾਰ ਵੀ ਮੈਂ ਤੈਨੂੰ ਯਾਰ ਗਰਲ ਫਰੈਂਡ ਮੰਨਦਾ? ਮੈਂ ਯਾਰ ਤੈਨੂੰ ਫਰੈਂਡ ਮੰਨਦਾ ਪਰ ਮੇਰੇ ਤੂੰ ਯਾਰ ਕੋਲੇ ਰਹਿ ਯਾਰ। ਮੇਰੀਆਂ ਯਾਰ ਗੱਲਾਂ ਸੁਣ। ਮੈਂ ਤਾਂ ਆਪ ਯਾਰ ਘਰੋਂ ਬਹੁਤ ਤੰਗ ਆ ਯਾਰ। ਤੂੰ ਘਰੋਂ ਤੰਗ ਆਇਆ? ਜਿਹੜੀ ਮੇਰੀ ਬਦਨਾਮੀ ਹੋਈ ਆ ਤੈਨੂੰ ਪਤਾ ਮੇਰੇ ਪਿਓ 'ਤੇ ਕੀ ਬੀਤੀ ਆ? ਬਾਹਰ ਨਿਕਲਣ ਜੋਗਾ ਨਹੀਂ ਹੈਗਾ ਘਰੋਂ। ਲੋਕ ਪਤਾ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਤੇਰਾ ਕੀ ਆ? ਤੈਨੂੰ ਤਾਂ ਕੋਈ ਫਰਕ ਨਹੀਂ ਪਿਆ ਨਾ ਪ੍ਰੀਤ ਨਾਲ। ਹੁਣ ਨਹੀਂ ਤੇਰੀ ਗੱਲ ਹੁੰਦੀ। 2 ਮਹੀਨਿਆਂ ਨੂੰ 4 ਮਹੀਨਿਆਂ ਨੂੰ ਸਾਲ ਨੂੰ ਉਹਨੇ ਤੇਰੇ ਕੋਲ ਹੀ ਆਉਣਾ। ਉਹਦਾ ਵਿਆਹ ਹੋਇਆ ਤੇਰੇ ਨਾਲ। ਕਿਤੇ ਨਹੀਂ ਜਾਂਦੇ ਤੈਨੂੰ ਛੱਡ ਕੇ। ਪਰ ਮੇਰਾ ਮੇਰਾ ਕੀ ਹੋਊਗਾ? ਮੇਰੇ ਨਾਲ ਕੌਣ ਵਿਆਹ ਕਰਾਊਗਾ? ਕੌਣ ਰਿਸ਼ਤਾ ਕਰਵਾਊ ਮੇਰੇ ਨਾਲ? ਸ਼ਰੀਕੇ 'ਚ ਪਤਾ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ।
ਉਹ ਯਾਰ ਤੂੰ ਸਾਰੀਆਂ ਗੱਲਾਂ ਤੇ ਮਿੱਟੀ ਪਾ ਯਾਰ, ਕੋਈ ਗੱਲ ਨੀ ਯਾਰ, ਹਰੇਕ ਯਾਰ ਟਾਈਮ ਪਾ ਕੇ ਸਭ ਕੁਝ ਭੁੱਲ ਜਾਂਦਾ ਯਾਰ। ਯਾਰ ਮੈਂ ਮਿੱਟੀ ਪਾਤੀ ਆ, ਮੈਂ ਤੈਨੂੰ ਉਸ ਤੋਂ ਬਾਅਦ ਉਦਣ ਹੀ ਕਲੀਅਰ ਕਰਤੀ ਸੀ ਵੀ ਅੱਜ ਤੋਂ ਬਾਅਦ ਤੇਰਾ ਰਾਹ ਹੋਰ ਆ, ਮੇਰਾ ਰਾਹ ਹੋਰ ਆ, ਅੱਜ ਤੋਂ ਬਾਅਦ ਮੇਰੇ ਰਾਹ 'ਚ ਨਾ ਆਈ। ਫਿਰ ਤੇਰਾ ਕੀ ਮਤਲਬ ਬਣਦਾ ਮੈਨੂੰ ਫੋਨ ਲਾਉਣ ਦਾ? ਯਾਰ ਹੁਣ ਤੈਨੂੰ ਕੀ ਹੋ ਗਿਆ ਯਾਰ, ਤੈਨੂੰ ਕੋਈ ਹੋਰ ਲੱਭ ਗਿਆ? ਪਹਿਲਾਂ ਮੈਨੂੰ ਐਂ ਦੱਸ, ਮੈਨੂੰ ਪਤਾ ਯਾਰ ਜਿਹੜੇ ਤੇਰੇ ਟਿਊਨ ਜੀ ਚੇਂਜ ਹੋ ਰਹੀ ਆ ਨਾ, ਕੁੜੀਆਂ ਹੀ ਕਰਦੀਆਂ ਹੁੰਦੀਆਂ ਨੇ। ਬੱਬੂ ਬਕਵਾਸ ਨਾ ਕਰ, ਤੂੰ ਕੌਣ ਹੁੰਦਾ ਮੈਨੂੰ ਪੁੱਛਣ ਵਾਲਾ? ਹੋਰ ਲੱਭ ਗਿਆ, ਮੇਰੀ ਲਾਈਫ ਆ, ਮੈਂ ਜੋ ਮਰਜ਼ੀ ਕਰਾਂ। ਯਾਰ ਐਂ ਨਾ ਕਰ ਯਾਰ, ਪਲੀਜ਼ ਯਾਰ ਸਿਮਰਨ ਯਾਰ, ਯਾਰ ਮੈਂ ਤੇ ਤੂੰ ਸੌਰੀ ਮੰਗਦਾ ਯਾਰ, ਮੈਂ ਤੇਰੇ ਪੈਰੀ ਹੱਥ ਲਾ ਦੇਣਾ, ਪਰ ਯਾਰ ਤੂੰ, ਯਾਰ ਤੈਨੂੰ ਕੀ ਹੋ ਗਿਆ ਯਾਰ, ਤੂੰ ਤਾਂ ਬਾਹਲੀ ਚੇਂਜ ਹੋ ਗਈ ਯਾਰ, ਕਿੱਡੀ ਕੁ ਗੱਲ ਆ ਯਾਰ, ਕੋਈ ਨਾ ਯਾਰ ਸਮਾਂ ਪਾ ਕੇ ਸਭ ਕੁਝ ਸੈੱਟ ਹੋ ਜੂ ਯਾਰ। ਬਸ ਹੋ ਗਈਆਂ ਗੱਲਾਂ ਤੇਰੀਆਂ, ਅੱਜ ਤੋਂ ਬਾਅਦ ਨਾ ਮੈਨੂੰ ਆਪਣੀ ਸ਼ਕਲ ਨਾ ਦਿਖਾਈ, ਜੇ ਅੱਜ ਤੋਂ ਬਾਅਦ ਮੈਨੂੰ ਆਪਣੀ ਸ਼ਕਲ ਦਿਖਾਈ ਮੈਂ ਪੁਲਿਸ 'ਚ ਕੰਪਲੇਨ ਕਰ ਦੇਣੀ ਆ, ਨਹੀਂ ਤਾਂ ਤੇਰੇ ਘਰੇ ਆ ਕੇ ਤੇਰਾ ਜਲੂਸ ਹੋ ਕੱਢੂੰਗੀ, ਯਾਦ ਰੱਖੇਗਾ ਤੂੰ? ਉਹ ਯਾਰ ਮੇਰੀ ਗੱਲ ਤਾਂ ਸੁਣ ਲੈ ਯਾਰ, ਪਲੀਜ਼ ਯਾਰ ਪਹਿਲਾਂ ਬਹਿ ਜਾ, ਦੋ ਮਿੰਟ ਬਹਿ ਜਾ ਯਾਰ। ਯਾਰ ਯਾਰ ਦੇਖੀ ਯਾਰ, ਮੈਨੂੰ ਤੇ ਤੈਨੂੰ ਵੀ ਪਤਾ ਯਾਰ, ਪ੍ਰੀਤ ਨੇ ਕਿੰਨਾ ਤੰਗ ਕੀਤਾ ਉਹਦੇ ਭਰਾ ਨੇ ਯਾਰ, ਮੈਂ ਸੌਂ ਲੱਗੇ ਡਿਪਰੈਸ਼ਨ 'ਚ ਯਾਰ, ਜੇ ਤੂੰ ਮੈਨੂੰ ਛੱਡ ਕੇ ਜਾਵੇਂਗੀ ਨਾ, ਤੇਰੇ ਤੋਂ ਬਿਨਾਂ ਮੇਰਾ ਕੋਈ ਨਹੀਂ, ਮੈਨੂੰ ਐਂ ਲੱਗਦਾ ਮੈਂ ਮਰ ਜੂ ਯਾਰ ਤੇਰੇ ਤੋਂ ਬਿਨਾਂ। ਬੱਬੂ ਮੇਰੀ ਗੱਲ ਸੁਣ, ਤੂੰ ਨਾ ਰੋ, ਤੇਰੀ ਮਰਜ਼ੀ ਆ ਯਾਰ, ਛੱਡਣਾ ਛੱਡ ਦੇ, ਪਰ ਤੇ ਬਸ ਮੈਂ ਜਿਉਣਾ ਨਹੀਂ ਯਾਰ ਫਿਰ। ਮੇਰੀ ਗੱਲ ਸੁਣ, ਤੂੰ ਵਿਆਹਿਆ ਵਰਿਆ ਹੈਗਾ, ਤੂੰ ਕਿਉਂ ਆਪਣੀ ਲਾਈਫ ਖਰਾਬ ਕਰ ਲਿਆ? ਅੱਛਾ ਹੁਣ ਤੈਨੂੰ ਮੈਂ ਵਿਆਹਿਆ ਵਰਿਆ ਲੱਗਣ ਲੱਗ ਗਿਆ, ਜਦੋਂ ਪਹਿਲਾਂ ਯਾਰ ਗੱਲਾਂ ਕਰਦੀ ਸੀ ਉਦੋਂ ਮੈਂ ਵਿਆਹਿਆ ਵਰਿਆ ਨਹੀਂ ਸੀ, ਹੁਣ ਤੂੰ ਵਿਆਹਿਆ ਵਰਿਆ ਕਹੀ ਜਾਂਦੀ ਆ ਯਾਰ। ਯਾਰ ਪ੍ਰੀਤ ਮੰਨਿਆ ਯਾਰ, ਮੈਂ ਤੋਂ ਗਲਤੀ ਹੋ ਗਈ, ਮੈਂ ਉਹਦੇ ਨਾਲ ਲਵ ਮੈਰਿਜ ਕਰਵਾ ਲਈ ਯਾਰ। ਪਰ ਬੱਬੂ ਇਹ ਲਾਈਫ ਦਾ ਸਵਾਲ ਆ, ਮੇਰੀ ਵੀ ਤੇਰੀ ਵੀ ਤੇ ਪ੍ਰੀਤ ਦੀ ਵੀ, ਮੈਂ ਨਹੀਂ ਚਾਹੁੰਦੀ ਕਿ ਮੈਂ ਤੁਹਾਡੇ ਦੋਵਾਂ ਵਿੱਚ ਆਵਾਂ, ਤੇ ਪਲੀਜ਼ ਮੈਂ ਤੈਨੂੰ ਜੋ ਸਮਝਾਉਂਦੀ ਪਈ ਆ ਨਾ, ਗੌਰ ਕਰ। ਉਹ ਯਾਰ ਮੇਰੀ ਗੱਲ ਸੁਣ ਯਾਰ ਤੂੰ ਇੱਕ, ਬਸ ਪਲੀਜ਼ ਯਾਰ, ਮੈਂ ਨਹੀਂ ਯਾਰ ਤੈਨੂੰ, ਦੇਖੀ ਯਾਰ ਤੂੰ ਤਾਂ ਯਾਰ ਗਲਤ ਸਮਝਦੀ ਆ ਮੇਰੇ ਬਾਰੇ, ਮੈਂ ਤੈਨੂੰ ਕਹਿਣਾ ਯਾਰ ਬਸ ਤੂੰ ਮੇਰੇ ਟੱਚ 'ਚ ਰਹਿ ਯਾਰ, ਤੂੰ ਮੇਰੇ ਨਾਲ ਰਹਿ ਯਾਰ। ਤੇਰੇ ਤੋਂ ਫਿਰ ਮੇਰੀ ਗੱਲ ਸੁਣ, ਮੈਂ ਫੋਨ 'ਤੇ ਗੱਲ ਕਰੂੰਗੀ, ਬਸ ਮੈਨੂੰ ਛੱਡ ਕੇ ਨਾ ਆਈ ਯਾਰ ਸਿਮਰਨ। ਦੇਖ ਮੇਰੇ ਸਾਲੀ ਨੇ ਕਿਵੇਂ ਗੇਟ 'ਚ ਪੱਟ ਕਰਿਆ। ਨਹੀਂ ਸਰਜੀਤ, ਨਹੀਂ ਸਰਜੀਤ, ਹੋ ਗੇਟ ਮੇਰੇ ਸਾਲੀ ਦੇ ਜਮੀ 'ਚ ਪੱਟ ਕਰਕੇ ਭਾਵੇਂ ਸਾਰਾ ਘਰ ਲੁੱਟ ਕੇ ਲੈ ਜਾਈ। ਕੋਈ ਕੋਈ ਨਹੀਂ ਲੁੱਟਦਾ, ਮੇਰੀ ਪਈ ਪਈ ਦੀ ਅੱਖ ਲੱਗ ਗਈ। ਆ ਗਿਆ, ਆਹੋ ਪਾਣੀ ਲਿਆਵਾਂ, ਬਸ ਰਹਿਣ ਦੇ, ਇੱਥੇ ਲੰਗਰ ਜਾ ਲਾਇਆ ਦੀ ਪਾਣੀ ਦਾ, ਛਬੀਲ ਜੀ ਲਾ ਰੱਖੀ ਜਵਾਕਾਂ ਨੇ, ਉਹ ਤਾਂ ਸਾਰਾ ਦਿਨ ਹੀ ਲਾਇਆ ਆ ਉੱਥੇ। ਓਹੋ ਸੌਦਾ ਪੱਤਾ ਲੈ ਜਾਂਦਾ, ਆਹੋ ਅੰਦਰ ਲੈਟ ਜਿਹੀ ਹੈ ਨਹੀਂ ਸੀ, ਲੈਟ ਤਾਂ ਮੇਰੇ ਪੁੱਟਦੀ ਅੱਜ ਸਾਰੇ ਕਿਤੇ ਕੱਟ ਲੱਗਿਆ ਹੋਇਆ, ਨਾ ਸੁਨਾਮ ਹੈ ਸਾਰੇ ਫਸਨਾਮ ਦੇ ਬਾਣੀਏ ਤਰਾਹ ਤਰਾਹ ਕਰ ਦਿੱਤੀ ਹੈ। ਸ਼ਕੀਲਾ ਸਕੂਲਾਂ ਨੇ ਬਚਾ ਰੱਖੀ ਦੁਨੀਆ, ਨਾਲੇ ਸਾਰਾ ਕੁਛ ਠੀਕ ਹੋ ਜੂਗਾ। ਕਿਹੜੀ ਸਕੀਮ ਸੋਚ ਲਈ ਹੁਣ ਤੂੰ? ਮੈਂ ਕਹਿਣਾ ਤੈਨੂੰ ਨੀ, ਮੈਂ ਜੇ ਆਪਾਂ ਘਰ ਵੇਚ ਦੀ ਹੈ, ਘਰ ਹੋਰ ਹੁਣ ਰਹੇਗਾ ਕਿੱਥੇ ਫਿਰ? ਘਰ ਕੋਈ ਮਹਿੰਗਾ ਸਸਤਾ ਹੋਰ ਦੇਖ ਲੈਣਾ ਕਿਸੇ ਹੋਰਾਂ ਪਰਾਂ ਹੈ। ਮੇਰੀ ਗੱਲ ਸੁਣ, ਬੱਬੂ ਦੇ ਪਾਪੇ ਪਹਿਲਾਂ ਉਹ ਬਣਿਆ ਬਣਾਇਆ ਘਰ ਛੱਡਿਆ, ਫਿਰ ਆ ਕੇ ਸਾਲ ਹੋ ਗਿਆ ਇੱਥੇ ਆਪਾਂ ਬਣਾਉਂਦੇ ਹਾਂ,
ਅਸੀਂ ਘਰ ਵੇਚੀ ਵੱਟੀ ਜਾਣੀ ਆ। ਉਹ ਮੇਰੇ ਸਾਲੇ ਦੀ ਬੌਲੀ ਜੱਤੇ ਗੱਲ ਤਾਂ ਸੁਣ ਲੈ ਨਾ, ਸਾਰੀ ਉਮਰ ਮੇਰੀ ਘਰ ਬਣਾਉਂਦੀ ਦੀ ਲੰਘ ਜਾਊਗੀ, ਸੁੱਖ ਦਾ ਸਾ ਹੈ ਹੀ ਨਹੀਂ ਮੈਨੂੰ। ਤੂੰ ਨਾ ਸੁਣੀ ਕਦੇ ਜਿਹੜੀ ਮੈਂ ਗੱਲ ਕਹਿਣਾ ਤੈਨੂੰ, ਮੈਂ ਤੈਨੂੰ ਐਂ ਕਹਿਣਾ, ਡੂਢ ਕਿੱਲੇ ਦਾ ਬਹੂ ਦੇ ਨਾਂ ਲਵਾ ਰੱਖਿਆ, ਉਹ ਕਿੱਥੇ ਹੁਣ ਉਹਨੂੰ ਕਿੱਥੇ ਕਹਾਂਗੇ ਵੀ ਤੂੰ ਵੇਚਣਾ ਜ਼ਮੀਨ ਆਪਾਂ ਨੇ, ਨਾ ਜ਼ਮੀਨ ਗਹਿਣੇ ਕਰ ਸਕਦੇ ਹਾਂ, ਖਾਵਾਂਗੇ ਕੀ ਆਪਾਂ। ਹੁਣ ਮੇਰੇ ਸਾਲੇ ਦੀ ਕੇਰਾਂ ਦਾ ਗੱਲ 'ਚੋਂ ਰੱਸੀ ਲਾਉਣੀ ਹੈ ਕਿ ਨਹੀਂ ਲਾਉਣੀ ਹੈਗੀ, ਹੈ ਕਿ ਮੇਰੇ ਲੇਖੇ ਲੈਣੇ, ਮੇਰੇ ਮਰਨ ਤੋਂ ਬਾਅਦ ਨਿਬੇੜੋਗੇ ਸਾਰਾ ਕੁਛ। ਮੈਂ ਤੈਨੂੰ ਐਂ ਕਹਿਣਾ, ਆਹ 16-17 ਲੱਖ ਦਾ ਘਰ ਵਿਕਦਾ ਆਪਣਾ, ਹੈਂ ਦੱਸੀ ਕਹਿੰਦੇ ਮਿਸਤਰੀ ਪ੍ਰੇਮ ਕੇਲਾ, ਕਹਿੰਦਾ ਦਬਾਵਾਂ 16 ਲੱਖ ਸਾਈਆਂ ਵਧਾਈਆਂ ਲਾ ਵੀ ਆਇਆ, ਉਸ ਨਾਮ ਮਿਲਿਆ ਤੇ ਇੱਥੇ ਮੈਨੂੰ। ਮੈਂ ਇਹਨੂੰ ਕਿਹਾ ਸੀ, ਮੈਂ ਕਿਹਾ ਭਲਾ ਜੇ ਘਰ ਕੋਈ ਮੈਂ ਕਿਹਾ ਸਸਤਾ ਜਿਹਾ ਦੇਖਣਾ ਹੋਵੇ, ਇੱਥੇ ਫੌਜੀ ਦਾ ਘਰ ਪਿਆ, 7-8 ਲੱਖ ਦਾ ਬਣ ਜੂਗਾ ਨਾ, ਕੱਖਾਂ ਦੇ ਭਾਅ ਹੁਣ ਇਹ ਦੇਣ। ਫਿਰ ਹੁਣ ਕੁਛ ਤਾਂ ਕਰਨਾ ਹੀ ਪਊ, ਤੂੰ ਤਾਂ ਮੇਰੇ ਸਾਲੇ ਕੁੰਡਲੀ ਮਾਰ ਕੇ ਬਹਿ ਨਾ ਸੱਪ ਵਾਂਗੂ, ਜਿਹੜੀ ਚੀਜ਼ ਕਹਿ ਦੇ ਤੈਨੂੰ, ਹੈ ਸੁਣਦੀ ਹੋਣੀ ਜਿਹੜੀ ਮੈਂ ਤੈਨੂੰ ਗੱਲ ਕਹੀ ਜਾਂਦਾ, ਮੈਂ ਤੈਨੂੰ ਕਹਿਣਾ ਵੀ ਨਾਲੇ ਸੱਪ ਮਰ ਜੂ, ਨਾਲੇ ਸੋਟੀ ਰਹਿ ਜੂਗੀ, ਨਾਲੇ ਕੁਛ ਚੀਜ਼ ਜ਼ਮੀਨ ਜਦੋਂ ਵੇਚਣੀ ਤਾਂ ਪਊਗੀ ਆਪਾਂ ਤਾਂ, ਜੇ ਕੋਈ ਪੁੱਛੂਗਾ ਐਂ ਕਹਿ ਦਾਂਗੇ ਉੱਥੇ ਵੀ ਭਾਈ ਸਾਨੂੰ ਉੱਥੇ ਖੇਤ ਪਿੰਡ 'ਚ ਔਖਾ ਦੀ ਦਵਾਈ ਬੂਟੀ ਨੂੰ ਔਖਾ ਦੀ, ਬਹਾਨਾ ਮਾਰ ਦਿਆ ਕਰਾਂਗੇ ਕੋਈ ਨਾ ਕੋਈ, ਨਾਲੇ ਜਿਹੜਾ ਕੰਜਰ ਦੀ ਪੈਸੇ ਦੇਣ ਲੈਣ ਨਾਲੋਂ ਬਾਹਰੋਂ ਆਉਂਦੇ ਨੇ, ਜਾਣ ਛੁੱਟੂ ਪਰਾਂ 2 ਮਹੀਨੇ ਇਹਨਾਂ ਨੂੰ ਫਸਲ ਵਾਲੀ ਹੈ ਜੀ, ਦੇਖਾਂਗੇ। ਫੌਜੀ ਦਾ ਘਰ ਵਧੀਆ ਪਿਆ, ਉਹਨੇ ਕੋਠੀ ਕਾਠੀ ਪਾ ਲਈ, ਹੈਂ ਦੇਖ ਲਾ ਭਾਈ ਜਿਵੇਂ ਤੇਰਾ ਦਿਲ ਕਰਦਾ, ਮੇਰਾ ਤਾਂ ਘਰ ਛੱਡਣ ਨੂੰ ਰੂਹ ਨਹੀਂ ਕਰਦੀ। ਮੈਨੂੰ ਛੱਡਦੀ ਫਿਰ ਦੇਖਾ, ਸਮਝੇ ਤੂੰ ਨਾ ਮੰਨੀ, ਮੁੰਡਾ ਆਇਆ ਨਹੀਂ ਹਾਲੇ ਦੇਖਣੀ, ਹਾਲੇ ਤਾਂ ਆਇਆ ਨਹੀਂ, ਹੈਂ ਆਇਆ ਨਹੀਂ ਨਾ, ਉੱਥੇ ਦੀ ਮੇਰਾ ਸਾਲਾ ਇਹ ਦਫ਼ਤਰਾਂ ਦੇ 'ਚ, ਉਹ ਕਿਤੇ ਕੰਮ ਕਾਰ 'ਚ ਗਿਆ ਹੋਊਗਾ, ਹੁਣ ਉਹਨੇ ਕਿਤੇ ਕੁਰਸੀ ਨਾਲ ਚੁੰਬੜ ਕੇ ਬੈਠਾ ਰਹਿਣਾ, ਦਫ਼ਤਰਾਂ ਦੇ 100 ਕੰਮ ਹੁੰਦੇ ਨੇ। ਮੈਂ ਉੱਥੇ ਪੁੱਛਿਆ ਦੀ, ਮੈਂ ਕਿਹਾ ਸਖੋ ਤੇਰਾ ਭਾਈ ਉਰੇ ਸ਼ਾਜਲੀ ਵਾਲਾ, ਹੈ ਤੂੰ ਕੀ ਪੁੱਛਣ ਵੱਗ ਗਿਆ ਸੀ, ਜਵਾਕ ਨੂੰ ਕੰਮ ਕਰਨ ਦੇ ਆਪਣਾ। ਕਿਤਾ ਭੈਣ ਦੇ ਖਾਸ ਨੇ 9-9 2-2 ਰਖਵਾ ਲੈਣੀ ਆ, ਕਦੇ ਕੁਛ ਕਦੇ ਕੁਛ, ਉਹ ਕਹਿੰਦੇ ਮੇਰੇ ਤਾਂ ਕੋਈ ਸੁਖਵਿੰਦਰ ਹੈ ਹੀ ਨਹੀਂ। ਮੈਂ ਜਾ ਕੇ ਆਇਆ ਉੱਥੇ, ਉਹ ਕਿਤੇ ਉਰਾ ਪਰਾ ਗਿਆ ਹੋਊਗਾ, ਕਿਸੇ ਨੂੰ ਟਰੱਕ ਟਰੁੱਕ ਸਾਰੇ ਖੜੇ ਤੇ ਇੱਥੇ ਅੱਗ ਵਜਾਉ ਯੰਤਰ ਸਾਰੇ ਖੜੇ ਤੇ, ਇਹ ਨਹੀਂ ਹੈਗੇ ਉੱਥੇ। ਉਹਨੂੰ ਸਾਰੇ ਬੱਬੂ ਕਹਿੰਦੇ ਆ, ਕੋਈ ਸੁਖਵਿੰਦਰ ਦਾ ਪਤਾ ਕਿਸੇ ਨੂੰ ਨਹੀਂ ਪਤਾ, ਇਹ ਤਾਂ ਆਪਾਂ ਨੂੰ ਪਤਾ ਵੀ ਸਾਡਾ ਸੁਖਵਿੰਦਰ ਵਾ, ਉਹੀ ਬਸ ਜੱਬੜੀਆਂ ਛੱਡੀ ਜਾਂਦਾ ਪਾਣੀ ਲੈ ਕੇ ਲੈ ਬੇਬੇ। ਕਿੱਥੇ ਗਿਆ ਤੀ ਬਾਈ, ਹੈਂ ਕਿੱਥੇ ਗਿਆ ਸੀ ਤੂੰ ਅੱਜ? ਡਿਊਟੀ 'ਤੇ ਗਿਆ ਸੀ, ਮੈਂ ਕਿੱਥੇ ਜਾਣਾ, ਹੈਗਾ ਤਾਂ ਹੈ ਨਹੀਂ ਜੀ ਉੱਥੇ। ਤੂੰ ਕਿੱਥੇ? ਸਨਾਮ ਮੈਂ ਜਾ ਕੇ ਆਇਆ ਉੱਥੇ। ਤੂੰ ਕਿੱਥੇ ਜਾ ਆਇਆ? ਮੈਂ ਤੇਰੇ ਉੱਥੇ ਜਾ ਕੇ ਆਇਆ ਜਿੱਥੇ ਫਾਇਰ ਵਾਲੇ ਲੱਗੇ ਹੋਏ ਨੇ ਅੱਗ ਵਜੂ ਯੰਤਰ 'ਚ। ਤੂੰ ਕੀ ਕਰਨ ਗਿਆ ਜੀ ਉੱਥੇ? ਮੈਂ ਤਾਂ ਮਹਾਂ ਦਾਲਾਂ ਦੂਲਾਂ ਜਿਹਾ ਫੜਾਇਆ ਹੋਣਾ, ਤੂੰ ਮੋਟਰਸਾਈਕਲ ਤਾਂ ਲੱਦ ਲਿਆਵੇਂਗਾ। ਤੂੰ ਕੈ ਕੁ ਵਜੇ ਗਿਆ ਸੀ? ਤੂੰ 11 ਵਜੇ ਗਿਆ ਸੀ ਤਾਂ ਕਹਿੰਦੇ ਰੇ ਹੈ ਹੀ ਨਹੀਂ, ਕਹਿੰਦੇ ਸੁਖਵਿੰਦਰ ਦਾ ਕੋਈ ਹੀ ਨਹੀਂ। ਸੁਖਵਿੰਦਰ ਦਾ ਮੇਰਾ ਨਾਂ ਹੀ ਨਹੀਂ ਹੈਗਾ, ਉੱਥੇ ਲਿਖਿਆ ਹੋਇਆ ਬਲਵਿੰਦਰ ਹੈ। 11 ਵਜੇ ਦਾ ਫਿਰ ਮੈਂ 11-10 ਵਜੇ ਇੱਥੇ ਚਾਹ ਤਰੀ ਤੀ, 11 ਵਜੇ ਤਾਂ ਮੈਂ ਫਾਈਲਾਂ ਦੇਣ ਗਿਆ ਹੋਇਆ ਸੀਗਾ। ਕਿੱਥੇ ਤੂੰ ਫਾਈਲਾਂ ਦੇਣ ਗਿਆ ਜੀ? ਤੂੰ ਕਿਹੜੀ ਸਾਈਡ ਜਾ ਕੇ ਆਇਆ ਪਹਿਲਾਂ ਮੈਨੂੰ? ਫਾਟਕਾਂ ਕੋਲੇ ਆ ਗਰੱਡ ਕੋਲੇ ਅੱਗ ਵਜੋ ਯੰਤਰ ਮਸ਼ੀਨਾਂ ਖੜੀ ਨਾ ਉੱਥੇ।
ਓਏ ਉੱਥੇ ਕਿੱਥੇ ਆ ਬਾਪੇ ਮੇਰੀ ਡਿਊਟੀ ਯਾਰ, ਪੁਰਾਣੀ ਸਾਈਡ ਆ ਸਾਡਾ ਇੱਕ ਦਫ਼ਤਰ ਆ। ਕਿੱਥੇ? ਪੁਰਾਣੀ ਸਾਈਡ ਇੱਧਰ ਆ ਜਾਂਦਾ ਉਹ ਬੱਸ ਸਟੈਂਡ ਕਨੀ, ਖੂੰਜੇ ਜਿਹੇ 'ਚ ਦਫ਼ਤਰ ਆ ਉਹ, ਉੱਥੇ ਹੁੰਦਾ ਮੈਂ ਤਾਂ। ਉੱਥੇ ਜਦੋਂ ਫੋਨ ਆਉਂਦਾ ਵੀ ਬਈ ਅੱਗ ਲੱਗ ਗਈ ਇੱਥੇ, ਫਿਰ ਮੈਂ ਉੱਧਰ ਮੋਟਰਸਾਈਕਲ ਤੇ ਕਹਿ ਕੇ ਹੁਣ ਉੱਥੋਂ ਫੋਨ ਸੁਣ ਕੇ ਵੀ ਆਹ ਬੱਸ ਲੈ ਜਾਓ, ਫਿਰ ਅੱਗ ਬੁਝਾ ਦੇਣੀ ਤੁਸੀਂ। ਹਾਂ, ਤੂੰ ਨਾਲੇ ਉੱਥੇ ਕੀ ਕਰਨ ਜਾਂਦਾ ਹੁੰਦਾ ਯਾਰ, ਹੋਰ ਸਿਆਪਾ ਛੇੜੂ ਉੱਥੇ। ਕਿਹਾ ਸੀ ਨਾ ਜਾ, ਕੱਪੜੇ ਚੱਜਦੇ ਪਾ ਕੇ ਲਿਆ ਕਰ, ਮੇਰੀ ਬੇਇੱਜ਼ਤੀ ਕਰਾਈ ਜਾਂਦਾ, ਕੀ ਕਰਨ ਗਿਆ ਪਹਿਲਾਂ ਮੈਨੂੰ ਐਂ ਦੱਸ। ਦਾਲ ਤਾਂ ਝੋਲਾ ਕਿਧਰ ਨੀ ਉੱਥੇ ਕੁਛ ਹੁੰਦਾ ਯਾਰ, ਝੋਲਾ ਫੜਾਉਣ ਗਏ ਦਾਲਾਂ ਸਬਜ਼ੀ ਘਰੋਂ ਹੀ ਫੜਾ ਦਿਆ ਕਰੋ ਝੋਲੇ ਝੂਲੇ, ਹੋਰ ਉੱਥੇ ਸਿਆਪਾ ਖੜਾ ਕਰੋਗੇ ਕੋਈ? ਚੱਲ ਉਈ ਉੱਥੇ ਮੁਲਾਜ਼ਮਾਂ ਦੇ ਘਰ ਦੇ ਆਉਂਦੇ ਨਹੀਂ ਹੈਗੇ, ਉੱਥੇ ਮਾੜੀ ਜਿਹੀ CID ਹੋ ਜਾਏ ਸਿਆਪਾ ਖੜਾ ਹੋ ਜਾਂਦਾ। ਲੱਗਿਆ ਤਾਂ ਹੋਇਆ ਤੂੰ ਉੱਥੇ? ਹੋਰ ਭਾਪੇ ਮੈਂ ਕਿੱਥੇ ਲੱਗਿਆ ਹੋਇਆ ਯਾਰ, ਰਾਮ ਸਰੂਪ ਮੈਂ ਤੁਹਾਨੂੰ ਕਹਿੰਦੀ ਕਹਿੰਦਾ ਵੀ ਲੱਗਿਆ ਨਹੀਂ, ਰਾਮ ਸਰੂਪ ਦਾ ਉਈ ਮੇਰਾ ਸਾਲਾ ਗੱਲਾਂ ਲੋਕਾਂ ਦੀਆਂ ਉਂਗਲਾਂ ਤੇ ਚੜ ਰਿਹਾ ਹੈ, ਮੈਂ ਪਰਾਂ ਲੱਗਿਆ ਹੋਇਆ ਇਧਰ। ਚੱਲ ਚੰਗਾ ਚੰਗਾ, ਆਪਾਂ ਨਹੀਂ ਗੱਲ ਕਰਦੇ, ਪਰ ਤੂੰ ਜਾਣੇ ਭੈਣ ਮਰਾ ਵਿੱਚ ਛੱਡ, ਭੈਣ ਮਰਾ ਮੈਂ ਨੌਕਰੀ ਛੱਡ ਦੂੰ ਭਾਪੇ, ਫਿਰ ਆਪਾਂ ਨਹੀਂ ਗੱਲ ਕਰਦੇ ਬੇਟਾ, ਆਪਾਂ ਨਹੀਂ ਗੱਲ ਕਰਦੇ ਕਿਸੇ ਦੀ। ਹਾਂ ਮੈਂ ਨੌਕਰੀ ਛੱਡ ਦੂੰ ਬੀਬੀ, ਫਿਰ ਜੇ ਮੇਰੇ ਮਗਰ ਜਾਊਗਾ। ਨਾ ਨੌਕਰੀ ਕਿਸੇ ਨੇ, ਆਪਾਂ ਛੱਡ, ਰਾਮ ਸਰੂਪ ਦੀਆਂ ਗੱਲਾਂ ਨੇ ਇਹਦਾ ਦਿਮਾਗ ਖਰਾਬ ਕਰ ਰਿਹਾ। ਹੋਰ ਪੁੱਤ ਮੈਂ ਸਾਰੀ ਰਾਤ ਨਹੀਂ ਸੁੱਤਾ ਹੈਗਾ, ਮੈਂ ਕਹਿੰਦੀ ਮੈਂ ਤਾਂ ਮੇਰੀ ਗੱਲ ਸੁਣ ਬੇਟਾ, ਮੈਂ ਰਾਏ ਕਰਨੀ ਤੈਨੂੰ ਰਿਹਾ, ਬੋਲ ਕਰ ਲੈ। ਮੈਂ ਕਹਿੰਦੀ ਤੈਨੂੰ ਅੱਜ ਤੂੰ ਇੱਕ ਉੱਥੇ ਜਾਇਆ ਨਾ ਕਰ, ਅੱਜ ਦਾ ਚੰਗਾ ਨਹੀਂ ਜਾਂਦਾ, ਨਹੀਂ ਜਾਂਦਾ। ਮੈਨੂੰ ਐਂ ਦੱਸ ਜੇ ਆਪਾਂ ਘਰ ਵੇਚ ਦਈਏ, ਪਿੰਡ ਘਰ ਲੈ ਲਈਏ ਆਪਾਂ, ਕਿਹੜਾ ਘਰ ਆ? ਆਹ ਵੇਚ ਦਈਏ। ਕਿਉਂ, ਇਹ ਕੀ ਕਹਿੰਦਾ ਹੁਣ? ਉਹ ਤੇਰੀ ਭੂਆ ਨੂੰ ਪੈਸੇ ਦੇਣੇ, ਕਹਿੰਦਾ ਉਹ ਤੰਗ ਵਾਲੀ ਹੱਥੋਂ ਤੰਗ ਫੋਨ ਕਰੀ ਜਾਂਦੀ ਹੈ। ਇੱਕ ਜੱਸੀ ਮੈਂਬਰ ਨੇ ਫੋਨ ਕਰਤਾ, ਕਹਿੰਦਾ ਵੀ ਵੀਜ਼ਾ ਲੱਗ ਗਿਆ, ਕਹਿੰਦੇ ਏਜੰਟ ਨੂੰ 9.5 ਲੱਖ ਰੁਪਈਆ ਦੇਣਾ, ਸਾਨੂੰ ਹੁਣੇ ਦਿਓ ਪੈਸੇ। ਹੋਰ ਹੁਣ ਹੁਣ ਕੋਈ ਹੋਰ ਹੱਲ ਹੈ ਨਹੀਂ, ਜ਼ਮੀਨ ਵੇਚਾਂਗੇ, ਗਹਿਣੇ ਧਰਾਂਗੇ 1.5 ਕਿੱਲਾ। ਹਰਮਨ ਨੂੰ ਫੋਨ ਕਰ ਲੈਂਦੇ ਹਾਂ, ਕਿਹੜਾ ਦਿਓ ਹਰਮਨਾ ਪੈਸੇ ਹਜੇ, ਉਹ ਤਾਂ ਕਹਿੰਦੇ ਸਾਨੂੰ 2 ਦਿਨਾਂ 'ਚ ਪੈਸੇ ਦਿਓ। ਘਰ ਕਿਹੜਾ ਮਿਲਦਾ ਆਪਾਂ ਨੂੰ? ਉਹਦੇ ਫੌਜੀ ਵਾਲਾ ਮਿਲਦਾ ਪਿੰਡ। ਕਿੰਨੇ ਦਾ ਮਿਲਦਾ ਉਹ? 7.5 ਲੱਖ ਦਾ ਕਹਿੰਦਾ, 8 ਲੱਖ ਦਾ। ਨਾਲੇ ਪਿੰਡ 'ਚ ਨਾਲੇ ਸੁੱਖ ਰਹੂਗਾ, ਆਉਣ ਜਾਣ ਦਾ, ਖੇਤਾਂ 'ਚ ਦਵਾਈ ਬੂਟੀ ਲਿਆਉਣ ਦਾ ਬਹੁਤ ਔਖਾ ਲੱਗਦਾ ਮੈਨੂੰ। ਦੇਖ ਲੈਂਦੇ ਹਾਂ ਫਿਰ, ਹੋਰ ਕੀ ਕਰ ਲਓ। ਤੂੰ ਐਂ ਕਰ, ਚਾਹ ਪਾਣੀ ਪੀ, ਫਿਰ ਆਪਾਂ ਘਰ ਦੇਖ ਕੇ ਆਉਂਦੇ ਹਾਂ। ਆਥਣੇ ਵਗ ਜਾਂਗੇ ਬਾਈ, ਧੁੱਪ ਵਾਲੀ ਆ। ਆਥਣੇ ਪੁੱਤ ਫਿਰ ਲਾਈਟ ਆ ਜੂਗੀ, ਕੱਦੂ ਕਰਨਾ ਮੈਂ, ਜੀਰੀ ਲਾਊਂਗਾ ਇੱਧਰ, ਬਈ ਆ ਜਾਣਗੇ ਆਥਣੇ ਤਾਂ। ਹੈ ਮਾਰਾ ਮੈਂ ਤੂੰ ਮਾੜੀ ਜੀ, ਹੈ ਆਪਾਂ ਘਰ ਦੇਖ ਕੇ ਆਉਣੇ, ਜੇ ਆਪਾਂ ਨੂੰ ਫਿੱਟ ਲੱਗਿਆ ਆਪਾਂ ਸਾਈਓ ਫੜਾ ਲਾਂਗੇ। ਚੱਲ ਹੈ ਪਾਣੀ ਪੀ ਲਾਵਾਂ, ਚੱਲਦੇ ਆ। ਚੰਗਾ ਪੀ ਲਾ, ਪੁੱਤ ਪੀ ਲਾ, ਹਵਾ ਬਾੜੀ ਸੋਹਣੀ ਆਉਂਦੀ। ਅਸੀਂ ਦੇਖੀ ਨੇ ਘਰ, ਦੇਖੇ ਮੰਜਾ ਡਾਲਾ, ਕਿਹੜਾ ਆਰਾਮ ਲਿਖਿਆ ਕਰਮਾ ਤੇ, ਅਸੀਂ ਘਰ ਦੇਖੀ ਜੇ ਸਾਨੂੰ ਹੋਇਆ, ਅੱਜ ਦਿਨ ਵਧੀਆ ਸਮਾਂ ਦੀ ਸਾਈ ਉਹ ਫੜਾ ਦਾਂਗੇ ਪਰਾਂ। ਚਲੋ ਮੁੰਡਿਆ, ਚਲ ਆ।